ਹੁਣ ਬੋਲੋ ਫਾਈਨੈਂਸ਼ੀਅਲ ਅਕਾਊਂਟਿੰਗ ਐਂਡ ਕੋਸਟ ਅਕਾਊਂਟਿੰਗ ਦੇ ਵਿੱਚ ਡਿਫਰੈਂਸ ਕੀ ਹੁੰਦਾ ਹੈ? ਪਹਿਲਾਂ ਦਾ ਮੇਨ ਪਰਪਸ ਕੀ ਹੁੰਦਾ ਫਾਈਨੈਂਸ਼ੀਅਲ ਅਕਾਊਂਟਿੰਗ ਦਾ? ਫਾਈਨੈਂਸ਼ੀਅਲ ਅਕਾਊਂਟਿੰਗ ਜਿਹੜਾ ਹੁੰਦਾ ਟੈਕਸ ਮੈਨੇਜਮੈਂਟ ਨੂੰ ਤੇ ਟੈਕਸ ਅਥਾਰਟੀਜ਼ ਵਗੈਰਾ ਉਹ ਸਾਰੇ ਉਹਨਾਂ ਨੂੰ ਦਿੱਤੀ ਜਾਂਦੀ ਹੈ। ਠੀਕ ਹੈ, ਔਰ ਕੋਸਟ ਅਕਾਊਂਟਿੰਗ ਕੀ ਹੁੰਦੀ ਹੈ? ਜਿਹੜੀ ਰਿਪੋਰਟ ਉਹਨਾਂ ਨੇ ਦੇਣੀ ਹੁੰਦੀ ਹੈ, ਜਿਹੜੇ ਵੀ ਸਟੇਟਮੈਂਟਸ ਵਗੈਰਾ ਪ੍ਰੀਪੇਅਰ ਕਰਦੇ ਆ, ਰਿਪੋਰਟਸ ਪ੍ਰੀਪੇਅਰ ਕਰਦੇ ਆ, ਕਿਹਨੂੰ ਦੇਣੀ ਆ ਉਹਨਾਂ ਨੇ ਰਿਪੋਰਟ? ਸਾਰੀ ਮੈਨੇਜਮੈਂਟ ਨੂੰ। ਬਟ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਕੀ ਹੁੰਦਾ ਆ, ਸਾਰੀਆਂ ਜਿਹੜੀਆਂ ਰਿਪੋਰਟਸ ਸਟੇਟਮੈਂਟਸ ਉਹਨਾਂ ਨੂੰ ਕੌਣ ਚੈੱਕ ਕਰਦਾ ਆ? ਓਨਰਸ, ਟੈਕਸ ਅਥਾਰਟੀਜ਼, ਐਕਰੈਡੀਟਰਸ, ਇਹ ਸਾਰੇ ਤੁਹਾਡੇ ਕੀ ਮਤਲਬ ਐਕਸਟਰਨਲ ਅਥਾਰਟੀਜ਼ ਕੀ ਕਰਨਗੀਆਂ? ਰਿਪੋਰਟਸ ਸਟੇਟਮੈਂਟਸ ਚੈੱਕ ਕਰਨਗੀਆਂ। ਠੀਕ ਹੈ, ਔਰ ਸੈਕਿੰਡ ਕੀ ਸੀਗਾ, ਮੈਂਟੇਨੈਂਸ ਦੇ ਵਿੱਚ ਕੀ ਹੁੰਦਾ? ਉਹ ਹੁੰਦਾ ਟਾਈਮ, ਟਾਈਮ ਪੀਰੀਅਡ, ਟਾਈਮ ਪੀਰੀਅਡ। ਫਾਈਨੈਂਸ਼ੀਅਲ ਅਕਾਊਂਟਿੰਗ ਦਾ ਟਾਈਮ ਪੀਰੀਅਡ ਕੀ ਹੁੰਦਾ? ਵਿਦ ਇਨ 1 ਈਅਰ। ਕੋਸਟ ਅਕਾਊਂਟਿੰਗ ਦੀ ਮੰਥਲੀ। ਸਟਾਕ ਵੈਲੂਏਸ਼ਨ ਦੇ ਵਿੱਚ ਕੀ ਹੁੰਦਾ? ਸਟਾਕ ਵੈਲੂਏਸ਼ਨ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਕੀ ਹੋਏਗਾ? ਆਪਾਂ ਡਿਫਰੈਂਸ ਦੱਸ ਰਹੇ ਹਾਂ। ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਤੁਸੀਂ ਸਟਾਕ ਆਪਣਾ ਉਹ ਕਰਦੇ ਹੋ, ਮਤਲਬ ਸਟਾਕ ਉਹਦੇ ਵਿੱਚ ਮੈਂਸ਼ਨ ਕਰਦੇ ਹੋ ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ, ਜਦੋਂ ਤੁਸੀਂ ਆਪਣੀ ਬੈਲੈਂਸ ਸ਼ੀਟ ਪ੍ਰੋਫਿਟ ਐਂਡ। ਸਟਾਕ ਕਿੱਥੇ ਮੈਂਸ਼ਨ ਹੁੰਦਾ ਆ ਬੈਲੈਂਸ ਸ਼ੀਟ ਦੇ ਵਿੱਚ? ਸਟਾਕ ਕਿੱਥੇ ਮੈਂਸ਼ਨ ਹੁੰਦਾ? ਫਿਰ ਕੋਸਟ ਅਕਾਊਂਟਿੰਗ ਦੇ ਵਿੱਚ ਹੁੰਦਾ। ਠੀਕ ਹੈ, ਪ੍ਰਾਈਸਿੰਗ ਪਾਲਿਸੀ ਕਿਹਦੇ ਵਿੱਚ ਯੂਜ਼ ਹੁੰਦੀਆਂ ਨੇ? ਫਾਈਨੈਂਸ਼ੀਅਲ ਅਕਾਊਂਟਿੰਗ ਦੇ ਵਿੱਚ ਕੋਈ ਪ੍ਰਾਈਸਿੰਗ ਪਾਲਿਸੀ ਨਹੀਂ ਯੂਜ਼ ਹੁੰਦੀ, ਅਤੇ ਕੋਸਟ ਅਕਾਊਂਟਿੰਗ ਦੇ ਵਿੱਚ ਪ੍ਰਾਈਸਿੰਗ ਪਾਲਿਸੀ ਯੂਜ਼ ਹੁੰਦੀਆਂ ਨੇ। ਕਿਹੜੀਆਂ ਯੂਜ਼ ਹੁੰਦੀਆਂ ਨੇ? ਇਨਵੈਂਟਰੀ, ਬਜਟਰੀ, ਕੋਸਟ ਰਿਡਕਸ਼ਨ, ਹੋਰ ਕਿਹੜੀਆਂ ਸੀ, ਕੋਸਟ ਕੰਟਰੋਲ। ਠੀਕ ਹੈ, ਬਹੁਤ ਸਾਰੀਆਂ ਟੈਕਨੀਕਸ ਨੇ, ਬਹੁਤ ਸਾਰੀਆਂ ਪਾਲਿਸੀਜ਼ ਨੇ ਜਿਹੜੀਆਂ ਕੋਸਟ ਨੂੰ ਕੰਟਰੋਲ ਕਰਨ ਵਾਸਤੇ ਯੂਜ਼ ਹੁੰਦੀਆਂ ਨੇ। ਠੀਕ ਹੈ, ਟਾਈਮ ਪੀਰੀਅਡ ਉਹਨਾਂ ਨੇ ਦੱਸਤਾ ਫਾਈਨੈਂਸ਼ੀਅਲ ਅਕਾਊਂਟਿੰਗ ਦਾ ਕੀ ਹੁੰਦਾ, ਵਿਦ ਇਨ 1 ਈਅਰ। ਰਿਪੋਰਟਸ ਜਿਹੜੀਆਂ ਤੁਸੀਂ ਪ੍ਰੀਪੇਅਰ ਕਰਨੀਆਂ ਨੇ, ਸਟੇਟਮੈਂਟਸ ਪ੍ਰੀਪੇਅਰ ਕਰਨੀਆਂ ਨੇ। ਕੋਸਟ ਅਕਾਊਂਟਿੰਗ ਦਾ ਕੀ ਹੁੰਦਾ, ਵੀਕਲੀ, ਮੰਥਲੀ ਜਾਂ ਡੇਲੀ ਬੇਸਿਸ 'ਤੇ ਤੁਸੀਂ ਕੀ ਦੇਣੀ ਹੁੰਦੀ ਹੈ, ਰਿਪੋਰਟ ਦੇਣੀ ਹੁੰਦੀ ਹੈ ਮੈਨੇਜਮੈਂਟ ਨੂੰ। ਠੀਕ ਹੈ, ਜੋ ਤੁਹਾਡਾ ਪ੍ਰੋਡਕਸ਼ਨ ਦਾ ਕੰਮ ਹੋ ਰਿਹਾ, ਜੋ ਤੁਹਾਡੇ ਪ੍ਰੋਡਕਟਸ ਬਣ ਰਹੇ ਆ। ਠੀਕ ਹੈ, ਨੈਕਸਟ ਆਪਾਂ ਅੱਜ ਕੀ ਕਰਨਾ ਆ, ਕੋਸਟਿੰਗ ਸਿਸਟਮ। ਕੋਸਟਿੰਗ ਸਿਸਟਮ ਕੀ ਹੁੰਦਾ ਹੈ? ਐਨ ਆਈਡਲ ਸਿਸਟਮ ਆਫ ਕੋਸਟਿੰਗ ਇਜ ਦੈਟ ਵਿਚ ਅਚੀਵ ਦੀ ਓਬਜੈਕਟਿਵ ਆਫ ਕੋਸਟਿੰਗ ਸਿਸਟਮਸ ਐਂਡ ਬ੍ਰਿੰਗ ਆਲ ਐਡਵਾਂਟੇਜਿਸ ਆਫ ਦੀ ਕੋਸਟਿੰਗ ਬਿਜ਼ਨਸ। ਠੀਕ ਹੈ, ਕੋਸਟਿੰਗ ਟੂ ਦੀ ਬਿਜ਼ਨਸ, ਮਤਲਬ ਕੋਸਟਿੰਗ ਸਿਸਟਮ ਕੀ ਹੈ? ਮੈਨੇਜਮੈਂਟ ਹੈ, ਇੱਕ ਸਿਸਟਮ ਬਣਾਉਂਦੀ ਹੈ ਜਿਹਦੇ ਨਾਲ ਕੀ ਕਰਦੇ ਆ, ਉਹ ਆਪਣੀਆਂ ਟੈਕਨੀਕਸ, ਪਾਲਿਸੀਜ਼ ਉੱਦਾਂ ਉਸ ਤਰੀਕੇ ਨਾਲ ਇੰਪਲੀਮੈਂਟ ਕਰਦੇ ਆ ਕਿ ਉਹ ਆਪਣੀ ਕੋਸਟ ਨੂੰ ਕੀ ਕਰ ਸਕਣ, ਕੰਟਰੋਲ ਦੇ ਵਿੱਚ ਕਰ ਸਕਣ। ਠੀਕ ਹੈ, ਹੁਣ ਉਹਨਾਂ ਨੇ ਕੀ ਦਿੱਤਾ, ਇਹਦੇ ਕੁਛ ਮੇਨ ਪੁਆਇੰਟਸ ਦਿੱਤੇ ਹੋਏ ਆ। ਫਸਟ ਪੁਆਇੰਟ ਕੀ ਹੈ? ਸਿੰਪਲੀਸਿਟੀ। ਸਿੰਪਲੀਸਿਟੀ ਦੇ ਵਿੱਚ ਕੀ ਕਹਿ ਰਿਹਾ ਉਹ, ਕੋਸਟਿੰਗ ਸਿਸਟਮ ਇਨਵੋਲਵ ਡਿਟੇਲਡ ਐਨਾਲਿਸਿਸ ਆਫ ਕੋਸਟ ਟੂ ਅਵੋਇਡ ਕੰਪਲੀਕੇਸ਼ਨਸ ਇਨ ਦੀ ਪ੍ਰੋਸੀਜਰ ਆਫ ਕੋਸਟ ਐਸਰਟੇਨ ਐਂਡ ਐਲੈਬੋਰੇਟ ਸਿਸਟਮ ਆਫ ਕੋਸਟਿੰਗ ਸ਼ੁੱਡ ਬੀ ਅਵੋਇਡਡ ਐਂਡ ਐਵਰੀ ਕੇਅਰ ਮਸਟ ਬੀ ਟੇਕਨ ਟੂ ਕੀਪ ਇਟ ਐਜ਼ ਸਿੰਪਲ ਐਜ਼ ਪੋਸੀਬਲ। ਮਤਲਬ ਉਹ ਪਹਿਲਾਂ ਓਵਰਆਲ ਆਪਣੀ ਕੋਸਟ ਨੂੰ ਕੀ ਕਰਦੇ ਆ, ਐਨਾਲਾਈਜ਼ ਕਰਦੇ ਆ। ਐਨਾਲਾਈਜ਼ ਕਰਨ ਤੋਂ ਬਾਅਦ ਕੀ ਕਰਦੇ ਆ ਉਹ, ਹਾਂ ਐਜ਼ ਪੋਸੀਬਲ ਜਿੰਨਾ ਉਹ ਘੱਟ ਕੋਸਟ ਆਪਣੀ ਉੱਥੇ ਕੀ ਕਰ ਸਕਣ, ਖਰਚਾ ਮਤਲਬ ਘੱਟ ਤੋਂ ਘੱਟ ਕਰ ਸਕਣ ਉਸ ਰੋ ਮਟੀਰੀਅਲ 'ਤੇ ਜਾਂ ਪ੍ਰੋਡਕਸ਼ਨ 'ਤੇ। ਕੀ ਕਰਦੇ ਆ, ਪੋਲਿਸੀਜ਼, ਟੈਕਨੀਕਸ ਯੂਜ਼ ਕਰਦੇ ਆ ਕਿ ਉੱਥੋਂ ਕੋਸਟ ਜਿੰਨੀ ਉਹ ਘਟਾ ਸਕਦੇ ਆ ਉਨੀ ਘਟਾ ਸਕਣ, ਅਤੇ ਆਪਣਾ ਪ੍ਰੋਫਿਟ ਮਾਰਜਨ ਕੀ ਕਰ ਸਕਣ, ਵਧਾ ਸਕਣ। ਠੀਕ ਹੈ, ਸੂਟੇਬਲ ਟੂ ਦੀ ਬਿਜ਼ਨਸ, ਦ ਕੋਸਟ ਅਕਾਊਂਟਿੰਗ ਸਿਸਟਮ ਸ਼ੁੱਡ ਬੀ ਕੈਪੇਬਲ ਆਫ ਅਡੋਪਟਿੰਗ ਇਟਸ ਸੈਲਫ ਟੂ ਦੀ ਚੇਂਜਿੰਗ ਸਿਚੁਏਸ਼ਨਸ ਆਫ ਬਿਜ਼ਨਸ। ਇਟ ਮਸਟ ਬੀ ਕੈਪੇਬਲ ਆਫ ਐਕਸਪੈਂਸ਼ਨ ਔਰ ਕੰਟਰੈਕਸ਼ਨ ਡਿਪੈਂਡਿੰਗ ਅਪੋਨ ਦੀ ਨੀਡਸ ਆਫ ਦੀ ਬਿਜ਼ਨਸ। ਕੋਸਟ ਅਕਾਊਂਟਿੰਗ ਨੂੰ ਹੁਣ ਜਿਹੜੀ ਆ ਕੋਸਟ ਅਕਾਊਂਟਿੰਗ ਹੈ ਉਹਦੀਆਂ ਟੈਕਨੀਕਸ ਔਰ ਪਾਲਿਸੀਜ਼ ਕਿੱਦਾਂ ਯੂਜ਼ ਕੀਤੀਆਂ ਜਾਂਦੀਆਂ ਨੇ, ਬਿਜ਼ਨਸ ਐਕਟੀਵਿਟੀਜ਼ ਦੇ ਅਕੋਰਡਿੰਗ ਯੂਜ਼ ਕਰਦੇ ਆ ਉਹ। ਠੀਕ ਹੈ, ਫੋਰ ਐਗਜ਼ਾਮਪਲ ਉਹਨਾਂ ਦੀ ਕਿਤੇ ਲੇਬਰ ਦੇ ਵਿੱਚ ਪ੍ਰੋਬਲਮ ਹੈ, ਠੀਕ ਹੈ, ਲੇਬਰ ਇਫੈਕਟਿਵਲੀ ਕੰਮ ਨਹੀਂ ਕਰਦੀ, ਉੱਥੇ ਉਹ ਆਪਣੀਆਂ ਟੈਕਨੀਕਸ ਯੂਜ਼ ਕਰਨਗੇ। ਰੋ ਮਟੀਰੀਅਲ ਪ੍ਰੋਡਕਸ਼ਨ ਦੇ ਵਿੱਚ ਕੋਈ ਕਮੀ ਹੈ, ਮਸ਼ੀਨਰੀ ਦੇ ਵਿੱਚ ਕੋਈ ਕਮੀ ਹੈ, ਉਸ ਅਕੋਰਡਿੰਗ ਆਪਣੀਆਂ ਟੈਕਨੀਕਸ ਯੂਜ਼ ਕਰਨਗੇ। ਠੀਕ ਹੈ, ਸੂਟੇਬਲ ਟੂ ਦੀ ਬਿਜ਼ਨਸ ਐਕਟੀਵਿਟੀਜ਼। ਐਕੂਰੇਸੀ, ਦ ਸਿਸਟਮ ਆਫ ਕੋਸਟ ਅਕਾਊਂਟਿੰਗ ਮਸਟ ਪ੍ਰੋਵਾਈਡ ਫੋਰ ਐਕੂਰੇਸੀ ਇਨ ਟਰਮਸ ਆਫ ਬੋਥ ਐਸਰਟੇਨਮੈਂਟ ਆਫ ਕੋਸਟ ਐਂਡ ਪ੍ਰੈਜੈਂਟੇਸ਼ਨ ਆਫ ਕੋਸਟ ਡਾਟਾ, ਇਟ ਅਦਰਵਾਈਜ਼ ਇਟ ਵਿਲ ਪ੍ਰੂਵ ਟੂ ਬੀ ਮਿਸਲੀਡਿੰਗ। ਹੁਣ ਉਹ ਕੀ ਕਹਿ ਰਹੇ ਆ, ਜੋ ਉਹ ਸਟੇਟਮੈਂਟਸ ਦੇ ਰਹੇ ਆ ਮੈਨੇਜਮੈਂਟ ਨੂੰ, ਉਹਨਾਂ ਵਿੱਚ ਕੀ ਹੋਣੀ ਚਾਹੀਦੀ ਹੈ, ਐਕੂਰੇਸੀ ਹੋਣੀ ਚਾਹੀਦੀ ਹੈ। ਉਹ ਇੱਦਾਂ ਦਾ ਸਿਸਟਮ ਪ੍ਰੀਪੇਅਰ ਕਰਦੇ ਆ ਕਿ ਜੋ ਉਹਨਾਂ ਕੋਲ
ਕੋਸਟ ਦਾ ਡਾਟਾ ਪਿਆ ਉਹਦੇ ਵਿੱਚ ਕੀ ਹੋਵੇ ਐਕੂਰੇਸੀ ਹੋਵੇ ਇਹ ਨਾ ਹੋਵੇ ਕਿ ਜੋ ਡਾਟਾ ਦੇ ਰਹੇ ਆ ਜਾਂ ਜੋ ਉੱਥੇ ਪ੍ਰੋਡਕਸ਼ਨ ਚੱਲ ਰਹੀ ਆ ਉੱਥੇ ਕੀ ਆ ਪ੍ਰੋਡਕਸ਼ਨ ਦੇ ਵਿੱਚ ਉਹਨਾਂ ਕੋਲ ਸਮਾਨ ਘੱਟ ਮਤਲਬ ਖਰਚਾ ਕੀ ਹੋ ਰਿਹਾ ਵੱਧ ਹੋ ਰਿਹਾ ਅਤੇ ਉਹ ਸਟੇਟਮੈਂਟਸ ਦੇ ਵਿੱਚ ਕੀ ਕਰ ਰਿਹਾ ਘੱਟ ਸ਼ੋਅ ਕਰ ਰਿਹਾ ਠੀਕ ਹੈ ਤਾਂ ਉੱਥੇ ਉਹ ਕਿੱਦਾਂ ਦਾ ਸਿਸਟਮ ਲੈ ਕੇ ਆਉਂਦੇ ਆ ਕਿ ਉਹਦੇ ਵਿੱਚ ਕੀ ਹੋਵੇ ਸਟੇਟਮੈਂਟਸ ਦੇ ਵਿੱਚ ਐਕੂਰੇਸੀ ਹੋਵੇ ਠੀਕ ਹੈ ਕੰਪੇਰੇਬਿਲਿਟੀ ਦ ਰਿਕਾਰਡਸ ਟੂ ਬੀ ਮੇਨਟੇਨਡ ਮਸਟ ਫੈਸਿਲੀਟੇਟ ਕੰਪੈਰੀਜ਼ਨ ਓਵਰ ਅ ਪੀਰੀਅਡ ਆਫ ਟਾਈਮ ਦ ਪਾਸਟ ਰਿਕਾਰਡਸ ਮਸਟ ਸਰਵ ਐਜ਼ ਅ ਬੇਸਿਸ ਟੂ ਗਾਈਡ ਦੀ ਫੀਚਰ ਕੰਪੇਰੇਬਿਲਿਟੀ ਮੀਨਸ ਉਹ ਆਪਣੀ ਕੋਸਟ ਲਾਸਟ ਈਅਰ ਦੀ ਕੋਸਟ ਜਾਂ ਇਹਨਾਂ ਦੀਆਂ ਡੇਲੀ ਵੀਕਲੀ ਜਾਂ ਮੰਥਲੀ ਬੇਸਿਸ 'ਤੇ ਰਿਪੋਰਟਸ ਪਾਉਂਦੀਆਂ ਨੇ ਉਹ ਆਪਣੇ ਮੰਥਲੀ ਰਿਪੋਰਟ ਦੇਖਣਗੇ ਲਾਸਟ ਮੰਥ ਦੀ ਸਟੇਟਮੈਂਟ ਦੇਖਣਗੇ ਕਿ ਸਾਡਾ ਲਾਸਟ ਮੰਥ ਇਸ ਪ੍ਰੋਡਕਟ 'ਤੇ ਕਿੰਨਾ ਖਰਚਾ ਆਇਆ ਇਸ ਉਸ ਬੇਸਿਸ 'ਤੇ ਉਹ ਕੀ ਕਰਨਗੇ ਆਪਣਾ ਫਿਊਚਰ ਦੇ ਵਿੱਚ ਕੀ ਕਰਨਗੇ ਮਤਲਬ ਨੈਕਸਟ ਮੰਥ ਦੀ ਕੀ ਕਰਨਗੇ ਉਸ ਅਕੋਰਡਿੰਗ ਪ੍ਰੈਪਰੇਸ਼ਨ ਕਰਨਗੇ ਕਿ ਸਾਡੀ ਇਹਦੇ ਵਿੱਚ ਇੰਨੀ ਕੋਸਟ ਨਾ ਹੋਵੇ ਮਤਲਬ ਉੱਥੇ ਕੀ ਕਰਦੇ ਕੰਪੇਰੇਬਿਲਿਟੀ ਕਰਦੇ ਕਿ ਸਾਡੀ ਪਿਛਲੇ ਮੰਥ ਕਿੰਨੀ ਸੀ ਇਸ ਮੰਥ ਕਿੰਨੀ ਹੈ ਅਤੇ ਅਸੀਂ ਹੁਣ ਇਹਦੀ ਫਿਊਚਰ ਕਿੰਨੀ ਕਰਨੀ ਹੈ ਠੀਕ ਹੈ ਇਕੋਨੋਮਿਕਲ ਦ ਕੋਸਟ ਆਫ ਪ੍ਰੋਡਕਸ਼ਨ ਕੋਸਟਿੰਗ ਸਿਸਟਮ ਮਸਟ ਬੀ ਲੈਸ ਇਟ ਮਸਟ ਰਿਜ਼ਲਟ ਇਨ ਇਨਕਰੀਜ਼ਡ ਬੈਨੀਫਿਟ ਵੈਨ ਕੰਪੇਅਰ ਟੂ ਦੀ ਐਕਸਪੈਂਸ ਇਨਕਰਡ ਇਨ ਇੰਸਟਾਲਿੰਗ ਇਟ ਇਕੋਨੋਮਿਕਲ ਮੀਨਸ ਇਕੋਨੋਮਿਕਲ ਕੀ ਗੱਲ ਹੋ ਰਹੀ ਹੈ ਇੱਥੇ ਕਾਹਦੀ ਇਕੋਨੋਮੀ ਫਾਈਨਾਂਸ ਦੀ ਗੱਲ ਹੋ ਰਹੀ ਹੈ ਠੀਕ ਹੈ ਫਾਈਨਾਂਸ ਦ ਕੋਸਟ ਆਫ ਪ੍ਰੋਡਕਸ਼ਨ ਕੋਸਟਿੰਗ ਸਿਸਟਮ ਮਸਟ ਬੀ ਲੈਸ ਇਟ ਮਸਟ ਰਿਜ਼ਲਟ ਇਨ ਇਨਕਰੀਜ਼ਡ ਬੈਨੀਫਿਟ ਵੈਨ ਕੰਪੇਅਰ ਟੂ ਦੀ ਐਕਸਪੈਂਸਿਸ ਇਨਕਰਡ ਇਨ ਇੰਸਟਾਲਿੰਗ ਇਟ ਉਹ ਕੀ ਕਹਿ ਰਿਹਾ ਇੱਥੇ ਜੋ ਇਕੋਨੋਮਿਕਲ ਐਕਟੀਵਿਟੀਜ਼ ਹੁੰਦੀਆਂ ਮਤਲਬ ਜੋ ਫਾਈਨੈਂਸ਼ੀਅਲ ਐਕਟੀਵਿਟੀਜ਼ ਹੁੰਦੀਆਂ ਨੇ ਉੱਥੇ ਇਹਨਾਂ ਨੂੰ ਕੀ ਬੈਨੀਫਿਟ ਮਿਲਦਾ ਆ ਕੰਪੇਅਰ ਕਰਨ ਦੇ ਵਿੱਚ ਬੈਨੀਫਿਟ ਮਿਲਦਾ ਆ ਕੀ ਕੰਪੇਅਰ ਕਰਨ ਦੇ ਵਿੱਚ ਉਹਨਾਂ ਦਾ ਪ੍ਰੋਫਿਟ ਐਂਡ ਲੋਸ ਪ੍ਰੋਫਿਟ ਮਾਰਜਿਨ ਔਰ ਜਾਂ ਕੋਸਟ ਜੋ ਉਹਨਾਂ ਦੇ ਪ੍ਰੋਡਕਟ 'ਤੇ ਕੋਸਟ ਇਨਕਰਡ ਹੋਈ ਠੀਕ ਹੈ ਅਤੇ ਉਹਨਾਂ ਨੇ ਉਹਦੇ ਤੋਂ ਕਿੰਨਾ ਆਪਣਾ ਪ੍ਰੋਫਿਟ ਮਾਰਜਿਨ ਰੱਖਿਆ ਕਿੰਨਾ ਉਹਦੇ ਤੋਂ ਪ੍ਰੋਫਿਟ ਅਰਨ ਕੀਤਾ ਆਫਟਰ ਦੀ ਸੈਲਿੰਗ ਪ੍ਰਾਈਸ ਫਿਕਸ ਕਰਕੇ ਠੀਕ ਹੈ ਯੂਨੀਫਾਰਮਿਟੀ ਦ ਵੇਰੀਅਸ ਫਾਰਮਸ ਆਫ ਡਾਕੂਮੈਂਟਸ ਯੂਜ ਅੰਡਰ ਕੋਸਟਿੰਗ ਸਿਸਟਮ ਮਸਟ ਬੀ ਯੂਨੀਫਾਰਮ ਇਨ ਸਾਈਜ਼ ਐਂਡ ਕੁਆਲਿਟੀ ਆਫ ਪੇਪਰ ਪ੍ਰਿੰਟਡ ਫਾਰਮਸ ਮਸਟ ਬੀ ਯੂਜ ਟੂ ਅਵੋਇਡ ਡਿਲੇ ਇਨ ਦੀ ਪ੍ਰੈਪਰੇਸ਼ਨ ਆਫ ਵੇਰੀਅਸ ਰਿਪੋਰਟਸ ਦਿਸ ਆਲਸੋ ਰਿਡਿਊਸ ਦੀ ਅਨਨੈਸੈਸਰੀ ਬਰਡਨ ਟੂ ਕਲੈਰੀਕਲ ਸਟਾਫ ਫਾਰਮਸ ਆਫ ਡਿਫਰੈਂਟ ਕਲਰਸ ਕੈਨ ਬੀ ਯੂਜ ਇਨ ਡਿਫਰੈਂਟ ਡਾਕੂਮੈਂਟਸ ਔਰ ਰਿਪੋਰਟਸ ਯੂਨੀਫਾਰਮਿਟੀ ਮੀਨਸ ਇਹਦੇ ਵਿੱਚ ਕੀ ਕਹਿ ਰਿਹਾ ਜੋ ਤੁਸੀਂ ਆਪਣੀਆਂ ਰਿਪੋਰਟਸ ਬਣਾ ਰਹੇ ਹੋ ਜੋ ਵੀ ਸਟੇਟਮੈਂਟਸ ਬਣਾ ਰਹੇ ਹੋ ਉਹ ਕੀ ਹੋਣ ਇੱਕ ਕੀ ਹੋਣ ਸੇਮ ਨਹੀਂ ਕੀ ਕਹਿ ਰਿਹਾ ਉਹ ਕਿ ਜੋ ਤੁਸੀਂ ਉਹਦੇ ਵਿੱਚ ਪੇਪਰ ਯੂਜ ਕਰ ਰਹੇ ਹੋ ਜੋ ਸਟੇਸ਼ਨਰੀ ਦਾ ਕੋਈ ਵੀ ਸਮਾਨ ਯੂਜ ਕਰ ਰਹੇ ਹੋ ਉਹ ਕੀ ਹੋਵੇ ਕੁਆਲਿਟੀ ਦੇ ਪੇਪਰਸ ਹੋਣ ਕੁਆਲਿਟੀ ਦੇ ਪੇਜਿਸ ਹੋਣ ਡਿਫਰੈਂਟ ਕਲਰਸ ਦੇ ਪੇਪਰ ਹੋਣ ਇਹ ਨਾ ਹੋਵੇ ਕਿ ਉਹ ਮਿਕਸ ਮੈਚ ਹੋ ਜਾਣ ਠੀਕ ਹੈ ਰੀਕਨਸੀਲੇਸ਼ਨ ਆਫ ਕੋਸਟ ਐਂਡ ਫਾਈਨੈਂਸ਼ੀਅਲ ਅਕਾਊਂਟਸ ਇਟ ਇਜ਼ ਪੋਸੀਬਲ ਦੈਟ ਕੋਸਟ ਐਂਡ ਫਾਈਨੈਂਸ਼ੀਅਲ ਅਕਾਊਂਟਸ ਸ਼ੁੱਡ ਬੀ ਇੰਟਰਲੋਕਡ ਇਨ ਟੂ ਵਨ ਇੰਟਰਨਲ ਅਕਾਊਂਟਿੰਗ ਸਕੀਮ ਦ ਸਿਸਟਮ ਆਫ ਕੋਸਟ ਅਕਾਊਂਟਸ ਮਸਟ ਬੀ ਕੈਪੇਬਲ ਆਫ ਰੀਕਨਸਾਈਲਿੰਗ ਵਿਦ ਫਾਈਨੈਂਸ਼ੀਅਲ ਅਕਾਊਂਟਸ ਸੋ ਐਸ ਟੂ ਚੈੱਕ ਐਕੂਰੇਸੀ ਆਫ ਬੋਥ ਦੀ ਸਿਸਟਮ ਆਫ ਅਕਾਊਂਟਸ ਹੁਣ ਉੱਥੇ ਕੀ ਕਰਦੇ ਆ ਰੀਕਨਸੀਲੇਸ਼ਨ ਆਫ ਕੋਸਟ ਐਂਡ ਫਾਈਨੈਂਸ਼ੀਅਲ ਅਕਾਊਂਟਸ ਦੇ ਵਿੱਚ ਕੀ ਹੁੰਦਾ ਆ ਫਾਈਨੈਂਸ਼ੀਅਲ ਅਕਾਊਂਟਸ ਦੀ ਪਤਾ ਹੈ ਆਪਾਂ ਨੂੰ ਅਲੱਗ ਰਿਪੋਰਟ ਬਣਦੀ ਹੈ ਕੋਸਟ ਅਕਾਊਂਟਿੰਗ ਦੀ ਅਲੱਗ ਰਿਪੋਰਟ ਬਣਦੀ ਹੈ ਉੱਥੇ ਕੀ ਕਹਿ ਰਿਹਾ ਦੋਨੋਂ ਮਤਲਬ ਜੋ ਉਹਦੇ ਵਿੱਚ ਸ਼ੋਅ ਹੋ ਰਿਹਾ ਉਹਨਾਂ ਦਾ ਮਤਲਬ ਪ੍ਰੋਫਿਟ ਐਂਡ ਲੋਸ ਬੈਲੈਂਸ ਸ਼ੀਟ ਦੇ ਵਿੱਚ ਕੀ ਸ਼ੋਅ ਹੋ ਰਿਹਾ ਕਿ ਸਾਡਾ ਕੋਲ ਇੰਨਾ ਪ੍ਰੋਫਿਟ ਆਇਆ ਇੰਨਾ ਸਾਡਾ ਨੈਗੇਟਿਵ ਦੇ ਵਿੱਚ ਬੈਲੈਂਸ ਚੱਲ ਰਿਹਾ ਉਹਨਾਂ ਦੋਨਾਂ ਦੀਆਂ ਸਟੇਟਮੈਂਟਸ ਕੀ ਹੋਣੀਆਂ ਚਾਹੀਦੀਆਂ ਨੇ ਸੇਮ ਹੋਣੀਆਂ ਚਾਹੀਦੀਆਂ ਨੇ ਕਿਉਂ ਸੇਮ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਜੋ ਉਹਨਾਂ ਨੇ ਖਰਚਾ ਕਰਨਾ ਉੱਥੇ ਸ਼ੋਅ ਤਾਂ ਕਰਦੇ ਹੀ ਆ ਨਾ ਬੈਲੈਂਸ ਸ਼ੀਟ ਦੇ ਵਿੱਚ ਸਾਡਾ ਟੋਟਲੀ ਇੰਨਾ ਐਕਸਪੈਂਸ ਹੋਇਆ ਓਵਰਆਲ ਦੀ ਈਅਰ ਠੀਕ ਹੈ ਤਾਂ ਸਾਡਾ ਜਿਹੜੇ ਜਿੰਨੇ ਵੀ ਖਰਚੇ ਨੇ ਉਹ ਕਿਹਦੇ ਨਾਲ ਮੈਚ ਹੋਣੇ ਚਾਹੀਦੇ ਆ ਕੋਸਟਿੰਗ ਸਟੇਟਮੈਂਟ ਨਾਲ ਕੀ ਹੋਣੇ ਚਾਹੀਦੇ ਆ ਮੈਚ ਹੋਣੇ ਚਾਹੀਦੇ ਨੇ ਪ੍ਰੋਮਪਟਨੈਸ ਐਨ ਆਈਡਲ ਕੋਸਟਿੰਗ ਸਿਸਟਮ ਇਜ਼ ਵਨ ਵਿਚ ਪ੍ਰੋਵਾਈਡਸ ਕੋਸਟ ਡਾਟਾ ਇਨ ਐਨ ਐਨਾਲਿਟੀਕਲ ਫਾਰਮ ਟੂ ਦੀ ਮੈਨੇਜਮੈਂਟ ਮਤਲਬ ਜੋ ਤੁਹਾਡਾ ਤੁਸੀਂ ਮੈਨੇਜਮੈਂਟ ਨੂੰ ਡਾਟਾ ਦੇ ਰਹੇ ਹੋ ਉਹ ਕੀ ਹੋਣਾ ਚਾਹੀਦਾ ਐਨਾਲਿਟੀਕਲ ਡਾਟਾ ਹੋਣਾ ਚਾਹੀਦਾ ਮਤਲਬ ਇਹ ਨਾ ਹੋਵੇ ਤੁਸੀਂ ਆਪਣੇ ਅੰਦਾਜ਼ੇ ਨਾਲ ਹੀ ਕੀ ਕਰਤਾ ਡਾਟਾ ਉਹਦੇ ਵਿੱਚ ਫਿਲ ਕਰਤਾ ਕਿ ਸਾਡਾ ਕੋਲ ਇੰਨਾ ਰੋ ਮਟੀਰੀਅਲ ਪਿਆ ਇੰਨੀ ਪ੍ਰੋਡਕਸ਼ਨ ਹੋ ਗਈ ਜਾਂ ਇੰਨੀ ਕੋਸਟ ਆਈ ਇਹਦੇ 'ਤੇ ਜੋ ਤੁਸੀਂ ਉਹਨੂੰ ਮੈਨੇਜਮੈਂਟ ਨੂੰ ਰਿਪੋਰਟ ਦੇ ਰਹੇ ਹੋ ਉਹ ਉਸ ਬੇਸਿਸ 'ਤੇ ਹੀ ਹੋਣੀ ਚਾਹੀਦੀ ਹੈ ਜੋ ਤੁਸੀਂ ਉੱਥੇ ਐਨਾਲਾਈਜ਼ ਕਰੋਗੇ ਵਿਦਆਊਟ ਐਨਾਲਾਈਜ਼ ਤੁਸੀਂ ਮੈਨੇਜਮੈਂਟ ਨੂੰ ਰਿਪੋਰਟ ਨਹੀਂ ਦੇ ਸਕਦੇ ਠੀਕ ਹੈ ਇਕੁਇਟੀ ਦਾ ਬੇਸਿਸ ਆਫ ਅਪੋਰਸ਼ਨਿੰਗ ਓਵਰਹੈਡਸ ਟੂ ਪ੍ਰੋਡਕਟਸ ਡਿਪਾਰਟਮੈਂਟਸ ਐਂਡ ਜੋਬਸ ਮਸਟ ਬੀ ਫੇਅਰ ਐਂਡ ਇਕੁਇਟੇਬਲ ਪ੍ਰੋਡਕਟਸ ਡਿਪਾਰਟਮੈਂਟਸ ਔਰ ਜੋਬ ਮਤਲਬ ਜੋ ਪ੍ਰੋਡਕਸ਼ਨ ਦੇ ਵਿੱਚ ਡਿਪਾਰਟਮੈਂਟਸ ਬਣੇ ਹੋਏ ਨੇ ਉਹਨਾਂ ਦਾ ਕੀ ਹੋਣਾ ਚਾਹੀਦਾ ਆ ਜੋਬ ਸੇਮ ਹੋਣੀ ਚਾਹੀਦੀ ਆ ਮਤਲਬ ਇਹ ਨਾ ਹੋਵੇ ਤੁਸੀਂ ਇੱਕ ਨਾਲ ਕਿੱਦਾਂ ਡੀਲ ਕਰ ਰਹੇ ਹੋ ਦੂਸਰੇ ਨਾਲ ਕਿੱਦਾਂ ਡੀਲ ਕਰ ਰਹੇ ਹੋ ਮਤਲਬ ਉੱਥੇ ਕੀ ਹੋਣੀ ਚਾਹੀਦੀ ਆ ਇੱਕੋ ਸਾਰਿਆਂ ਨੂੰ ਕੀ ਰੱਖਣਾ ਚਾਹੀਦਾ ਆ
इक्वल रखना चाहिए है, ठीक है। ड्यूटीज एंड रिस्पॉन्सिबिलिटीज ऑफ द कॉस्ट अकाउंटेंट अंडर अ गुड सिस्टम ऑफ कॉस्ट अकाउंटिंग द ड्यूटीज एंड रिस्पॉन्सिबिलिटीज ऑफ द कॉस्ट अकाउंटिंग शुड बी क्लीयरली डिफाइंड। हम जो थोड़ा कॉस्ट अकाउंटेंट है जिदा ऑडिटर हों, ठीक है, फाइनेंस का ऑडिटर हों, ठीक है, भी एक रिस्पॉन्सिबिलिटी होंगी, वह भी तो की करता है सारा उन्हों का ओवरऑल डाटा चैक करता है, ठीक है, वो अगर कोई भी मिसटेक होंगी उन्होंने करैक्ट करता है, ठीक है। इदा ही की है कॉस्ट अकाउंटिंग कॉस्ट जो अकाउंटेंट है कॉस्ट अकाउंटेंट वह भी की है उन्होंने अपनी रिस्पॉन्सिबिलिटीज और ड्यूटीज का की करना क्लीयरली डिफाइन करना कि तेरा काम की है, ठीक है, तू की करना है इतने किदा सानू रिपोर्ट्स देनिया ने मंथली देनिया वीकली देनिया या डेली बेसिस से देनिया, ठीक है। नैक्सट की है इंस्टॉलेशन ऑफ कॉस्ट अकाउंटिंग हम कॉस्ट अकाउंटिंग इंस्टॉल करने का प्रोसैस की है इंस्टॉलेशन की होंगे जिसे पिछे IOON लग जाता वह मतलब की बनता है कोई भी वर्ड है वह पिछे IOON लग जाता TION यदा की मतलब होंगे हाँ की होंगे मतलब प्रोसैस वह चीज की चल रही है प्रोसैस के चल रही है, ठीक है। द कॉस्ट अकाउंटिंग सिस्टम डिपेंड्स अपॉन द नेचर ऑफ बिजनेस और इंडस्ट्री एंड द प्रोडक्ट ये तो आपको समझ आ गया ना कि कॉस्ट अकाउंटिंग किधर पर डिपेंड करती है तुहाड़ियां बिजनेस एक्टिविटीज से तुहाड़ा बिजनेस किदां दा है, ठीक है, उहदे विच किदां दी एक्टिविटीज हो रही ने उस पर भी डिपेंड करती है, ठीक है। बिफोर अ सूटेबल सिस्टम ऑफ कॉस्ट अकाउंटिंग इज इंस्टॉल्ड इट इज नेसेसरी टू अंडरटेक अ प्रीलिमिनरी इन्वेस्टिगेशन सो एज टू नो द फिजिबिलिटी ऑफ इंस्टॉलिंग कॉस्ट अकाउंटिंग सिस्टम थ्रू सच बिजनेस एक्टिविटीज वो की कह रहे हैं कॉस्ट अकाउंटिंग सिस्टम इंस्टॉल करने तो पहला तुसी अपने बिजनेस एक्टिविटीज ओवरऑल बिजनेस का की ओवरऑल बिजनेस नू की करो एनालाइज करो कि सानू कॉस्ट अकाउंटिंग की जरूरत हैगी है या नहीं हैगी। कॉस्ट अकाउंटिंग गल में की दस्या सी कॉस्ट अकाउंटिंग केड़ियां फर्म्स दे विच यूज हुंदी है लार्ज स्केल फर्म्स दे विच यूज हुंदी है जिहड़े स्मॉल स्केल फर्म्स ने वो की कॉस्ट अकाउंटिंग नू अफोर्ड नहीं कर सकते, ठीक है। While introducing a system of cost accounting, it should be borne in mind that cost accounting system must suit the business. This means the system must be simple and it must leads to saving through the control of cost, that is material, labor and overheads. ठीक है, हुण एक ही कह रहा है cost accounting नूं तुसीं क्यों install करना है, किस वास्ते install करना है? क्यों install करना? दसी स्टॉप करती मैं रिकॉर्डिंग हुण बोल बुक रखी हुई है ता भी नहीं पता चलिया हुण बोल और सारा क्लीयरली लिखा होया कादे वास्ते यूज हुंदी है कॉस्ट अकाउंटिंग जेड़ा कॉस्ट अकाउंटिंग सिस्टम है क्यों इंस्टॉल किया जाता है फॉर्म्स दे विच उन्ना तो पुछिया पता है तुसी सुन लेने हो दोनों ऐदा देने हो सुनदे नहीं है वो तो उसमें लिखा हुआ है ना क्लियरली दिस मीन्स द सिस्टम मस्ट बी सिंपल एंड इट मस्ट बी लीड टू सेविंग थ्रू द कंट्रोल ऑफ कॉस्ट दैट इज मटीरियल लेबर एंड ओवरहेड्स डिपार्टमेंट्स दसो मैं की दस्या मैं तो कुछ भी नहीं दस्या लिखा कॉस्ट अकाउंटिंग सिस्टम क्यों इंस्टॉल किया जाता की कंट्रोल कर ले हाँ इन्हें सारे ते ओवरऑल कंट्रोल करने लिए की किया जाता है कॉस्ट अकाउंटिंग सिस्टम नू इंस्टॉल किया जाता की होया बोल पिया कर चलो फॉर द सक्सेसफुल फंक्शनिंग ऑफ द कॉस्टिंग सिस्टम द फॉलोइंग कंडीशंस आर असेंशियल ओके कह रहे हैं हम
ਕੋਸਟ ਅਕਾਊਂਟਿੰਗ ਜਿਹੜਾ ਸਿਸਟਮ ਹੈ ਉਹ ਪ੍ਰੋਪਰਲੀ ਤੁਹਾਡਾ ਫੰਕਸ਼ਨ ਕਰੇ, ਪ੍ਰੋਪਰਲੀ ਉਹਨੂੰ ਆਪਰੇਟ ਕਰਨ, ਉਹਨਾਂ ਨੇ ਕੁਝ ਕੰਡੀਸ਼ਨਸ ਦਿੱਤੀਆਂ ਨੇ, ਕਿਹੜੀਆਂ ਕੰਡੀਸ਼ਨਸ ਨੇ, ਡਿਊਟੀਜ਼ ਐਂਡ ਰਿਸਪੋਂਸੀਬਿਲਟੀਜ਼ ਆਫ ਕੋਸਟ ਅਕਾਊਂਟੈਂਟ ਮਸਟ ਬੀ ਕਲੀਅਰ. ਜਿਹੜੀ ਕੋਸਟ ਅਕਾਊਂਟੈਂਟ, ਜੋ ਤੁਸੀਂ ਆਪਣਾ ਕੋਸਟ ਅਕਾਊਂਟੈਂਟ ਕੀ ਕਰੋਗੇ, ਹਾਂ ਜੋ ਮਤਲਬ ਕੋਸਟ ਅਕਾਊਂਟੈਂਟ ਜੋ ਵੀ ਹੋਏਗਾ, ਜੋ ਤੁਹਾਡਾ ਕੋਸਟ ਨੂੰ ਕੀ ਕਰੇਗਾ, ਪੂਰਾ ਐਨਾਲਾਈਜ਼ ਕਰੇਗਾ, ਕੰਟਰੋਲ ਕਰੇਗਾ, ਉਹਦਾ ਸਾਰਾ ਰਿਪੋਰਟਸ ਵਗੈਰਾ ਪ੍ਰਿਪੇਅਰ ਕਰੇਗਾ, ਉਹਨੂੰ ਆਪਣੀਆਂ ਡਿਊਟੀਜ਼ ਐਂਡ ਰਿਸਪੋਂਸੀਬਿਲਿਟੀਜ਼ ਕੀ ਹੋਣੀਆਂ ਚਾਹੀਦੀਆਂ ਨੇ, ਕਲੀਅਰ ਹੋਣੀਆਂ ਚਾਹੀਦੀਆਂ ਨੇ ਕਿ ਮੈਂ ਕਿੰਨੇ ਟਾਈਮ 'ਤੇ ਰਿਪੋਰਟ ਮੈਨੇਜਮੈਂਟ ਨੂੰ ਦੇਣੀ ਹੈ. ਠੀਕ ਹੈ. ਦਾ ਦੇਅਰ ਮਸਟ ਬੀ ਐਨ ਐਫੀਸ਼ੀਐਂਟ ਸਿਸਟਮ ਆਫ ਮਟੀਰੀਅਲ ਕੰਟਰੋਲ ਇਨ ਬਿਜ਼ਨਸ ਔਰ ਇੰਡਸਟਰੀ. ਮਟੀਰੀਅਲ ਕੰਟਰੋਲ ਕੀ ਹੋਣਾ ਚਾਹੀਦਾ ਆ, ਐਫੀਸ਼ੀਐਂਟਲੀ ਮਟੀਰੀਅਲ ਨੂੰ ਕੀ ਕਰਨਾ ਚਾਹੀਦਾ ਆ, ਕੰਟਰੋਲ ਹੋਣਾ ਚਾਹੀਦਾ ਆ ਕਿਹਦੇ ਵਿੱਚ, ਬਿਜ਼ਨਸ ਐਕਟੀਵਿਟੀਜ਼. ਠੀਕ ਹੈ, ਬਿਜ਼ਨਸ ਔਰ ਇੰਡਸਟਰੀ ਦੇ ਵਿੱਚ. ਸਾਊਂਡ ਐਂਡ ਵੈਲ ਡਿਜ਼ਾਈਨ ਮੈਥਡ ਆਫ ਵੇਜ ਪੇਮੈਂਟ ਮਸਟ ਬੀ ਸੈਟਅਪ ਇਨ ਬਿਜ਼ਨਸ ਔਰ ਇੰਡਸਟਰੀ. ਹੁਣ ਜੋ ਤੁਹਾਡੇ ਉੱਥੇ ਵਰਕਰਸ ਕੰਮ ਕਰ ਰਹੇ ਆ, ਉਹਨਾਂ ਦਾ ਵੇਜ ਪੇਮੈਂਟ ਸਿਸਟਮ ਕੀ ਹੋਣਾ ਚਾਹੀਦਾ, ਐਕੂਰੇਟ ਹੋਣਾ ਚਾਹੀਦਾ. ਇਹ ਨਾ ਹੋਵੇ ਕਿ ਤੁਸੀਂ ਉਹਨਾਂ ਨੂੰ ਕਿਹਾ ਕਿ ਤੁਹਾਡਾ 15 ਨੂੰ ਐਡਵਾਂਸ ਹੋ ਜਾਏਗਾ, ਤੁਸੀਂ ਉਹਨਾਂ ਨੂੰ ਕਿੰਨਾ ਕਿੱਦਾਂ ਦੇ ਰਹੇ ਹੋ, 20-25 ਤੱਕ ਦੇ ਰਹੇ ਹੋ. ਉਹਨਾਂ ਦਾ ਕੀ ਹੋਣਾ ਚਾਹੀਦਾ, ਇੱਕ ਟਾਈਮ ਪੀਰੀਅਡ ਫਿਕਸ ਹੋਣਾ ਚਾਹੀਦਾ ਕਿ ਤੁਹਾਨੂੰ ਇੱਦਾਂ ਸੈਲਰੀ ਮਿਲਣੀ ਹੈ, ਇੱਦਾਂ ਕੀ ਮਿਲਣਾ ਆ, ਐਡਵਾਂਸ ਮਿਲਣਾ ਹੈ. ਠੀਕ ਹੈ, ਕੁਛ ਵਰਕਰਸ ਦੀ ਪ੍ਰਾਇਰਟੀ ਹੁੰਦੀ ਹੈ ਕਿ ਸਾਨੂੰ ਐਡਵਾਂਸ ਦਿਓ, ਉਹ ਪੂਰਾ ਮੰਥ ਵੇਟ ਨਹੀਂ ਕਰ ਸਕਦੇ ਹੁੰਦੇ. ਉਹ ਕੀ ਹੁੰਦਾ, ਤੁਹਾਡਾ ਮੰਥਲੀ ਖਰਚਾ ਚੱਲਦਾ ਰਹਿੰਦਾ ਆ. ਕੁਛ ਫਰਮਸ ਦੇ ਵਿੱਚ ਹੁੰਦਾ ਆ 10 ਤਰੀਕ ਨੂੰ ਸੈਲਰੀ, 25 ਨੂੰ ਐਡਵਾਂਸ ਮਿਲਦਾ ਹੁੰਦਾ. ਪ੍ਰਿੰਟਡ ਫਾਰਮਸ ਮਸਟ ਬੀ ਯੂਜ ਫਾਰ ਕੁਇਕ ਕੰਪਲੀਕੇਸ਼ਨ ਕੰਪਲੀਸ਼ਨ ਆਫ ਵੇਰੀਅਸ ਟਾਈਪਸ ਆਫ ਕੋਸਟ ਰਿਪੋਰਟਸ. ਕਿੱਦਾਂ ਦੇ ਪੇਪਰਸ ਯੂਜ ਕਰਨੇ ਹੈ, ਮਤਲਬ ਪ੍ਰਿੰਟਿੰਗ ਪੇਪਰਸ ਹੋਣ, A4 ਸਾਈਜ਼ ਪੇਪਰਸ ਹੋਣ, ਕੁਆਲਿਟੀ ਅੱਛੀ ਹੋਵੇ. ਠੀਕ ਹੈ, ਰਿਪੋਰਟਸ ਤੁਸੀਂ ਦੇਣੀਆਂ ਨੇ ਮੈਨੇਜਮੈਂਟ ਨੂੰ, ਦਿਓ ਕਿ ਹੁਣ ਕੁਆਲਿਟੀ ਪੇਪਰਸ ਹੋਣ. ਠੀਕ ਹੈ. ਦ ਐਗਜ਼ਿਸਟੈਂਸ ਆਫ ਸਾਊਂਡ ਬੇਸਿਸ ਆਫ ਕਲੈਕਸ਼ਨ ਆਫ ਓਵਰ ਹੈਡਸ ਐਂਡ ਅ ਬੇਸਿਸ ਫਾਰ ਇਟਸ ਅਪੁਆਇੰਟਮੈਂਟ ਟੂ ਵੇਰੀਅਸ ਪ੍ਰੋਡਕਸ਼ਨ ਡਿਪਾਰਟਮੈਂਟਸ. ਕੀ ਕਹਿ ਰਿਹਾ ਉਹ, ਜੋ ਤੁਹਾਡੇ ਡਿਪਾਰਟਮੈਂਟਸ ਉੱਥੇ ਹੈਗੇ ਆ ਪ੍ਰੋਡਕਸ਼ਨ ਦੇ ਵਿੱਚ, ਉਹ ਕੀ ਹੋਣ, ਕੁਆਲਿਟੀ ਵਾਲੇ ਹੋਣ. ਕੁਆਲਿਟੀ ਮਤਲਬ ਉਹਨਾਂ ਦੀ ਕੀ ਹੋਵੇ, ਸਕਿੱਲਸ ਹੋਣ, ਐਫੀਸ਼ੀਐਂਟਲੀ ਕੀ ਕਰਨ, ਕੰਮ ਕਰਨ ਵਾਲੇ ਹੋਣ. ਠੀਕ ਹੈ. ਦ ਫੋਲੋਇੰਗ ਆਰ ਦੀ ਮੇਨ ਫੈਕਟਰਸ ਟੂ ਬੀ ਕੰਸੀਡਰਡ ਬਿਫੋਰ ਇੰਸਟਾਲਿੰਗ ਅ ਕੋਸਟ ਅਕਾਊਂਟਿੰਗ ਸਿਸਟਮ. ਹੁਣ ਕੁਛ ਉਹਨਾਂ ਨੇ ਪੁਆਇੰਟਸ ਦਿੱਤੇ ਆ ਕਿ ਕੋਸਟ ਅਕਾਊਂਟਿੰਗ ਸਿਸਟਮ ਇੰਸਟਾਲ ਕਰਨ ਤੋਂ ਪਹਿਲਾਂ ਅਸੀਂ ਕੀ ਆਪਣੇ ਮਾਈਂਡ ਦੇ ਵਿੱਚ ਰੱਖਣਾ ਹੈ ਕਿ ਅਸੀਂ ਕੋਸਟ ਅਕਾਊਂਟਿੰਗ ਸਿਸਟਮ ਨੂੰ ਕੀ ਕਰੀਏ, ਇੰਸਟਾਲ ਕਰੀਏ. ਨੇਚਰ ਆਫ ਬਿਜ਼ਨਸ, ਪਹਿਲਾਂ ਕੀ ਆਪਾਂ ਫਸਟ ਦੇ ਵਿੱਚ ਕੀ ਪੜਿਆ ਸੀਗਾ, ਸਟਾਰਟਿੰਗ ਪੁਆਇੰਟਸ ਦੇ ਵਿੱਚ ਕੋਸਟ ਅਕਾਊਂਟਿੰਗ ਸਿਸਟਮ ਇੰਸਟਾਲ ਕੀਤਾ ਹੈ, ਸਟਾਰਟ ਕੀਤਾ ਹੈ, ਸੋਰੀ. ਨੇਚਰ ਕੀ ਹੋਣਾ, ਨੇਚਰ ਆਫ ਬਿਜ਼ਨਸ ਮੀਨਸ ਬਿਜ਼ਨਸ ਐਕਟੀਵਿਟੀਜ਼ ਨੂੰ ਐਨਾਲਾਈਜ਼ ਕਰਕੇ ਹੀ ਕੋਸਟ ਅਕਾਊਂਟਿੰਗ ਸਿਸਟਮ ਨੂੰ ਕੀ ਕਰਾਂਗੇ, ਇੰਸਟਾਲ ਕਰਾਂਗੇ ਕਿ ਸਾਨੂੰ ਇਹਦੀ ਜ਼ਰੂਰਤ ਹੈਗੀ ਹੈ ਜਾਂ ਨਹੀਂ ਹੈਗੀ. ਆਰਗੇਨਾਈਜੇਸ਼ਨਲ ਫੈਕਟਰਸ, ਦ ਪ੍ਰੋਬਲਮ ਆਫ ਇੰਸਟਾਲਿੰਗ ਕੋਸਟ ਅਕਾਊਂਟਿੰਗ ਇਜ਼ ਸਮ ਵਾਟ ਡਿਫੀਕਲਟ ਇਨ ਕੇਸ ਆਫ ਐਨ ਐਗਜ਼ਿਸਟਿੰਗ ਬਿਜ਼ਨਸ ਆਰਗੇਨਾਈਜੇਸ਼ਨ ਵੈਨ ਕੰਪੇਅਰ ਟੂ ਨਿਊ ਬਿਜ਼ਨਸ. ਉਹ ਕੀ ਕਹਿ ਰਿਹਾ, ਕਿਹਦੇ ਕੰਪੈਰੇਟਿਵਲੀ, ਮਤਲਬ ਜੋ ਤੁਹਾਡੀ ਐਗਜ਼ਿਸਟਿੰਗ ਫਰਮ ਹੈ, ਜੋ ਤੁਹਾਡਾ ਬਿਜ਼ਨਸ ਹਲੇ ਚੱਲ ਰਿਹਾ, ਉਹ ਕਹਿੰਦਾ ਉਹਦੇ ਵਿੱਚ ਕੋਸਟ ਅਕਾਊਂਟਿੰਗ ਸਿਸਟਮ ਨੂੰ ਇੰਸਟਾਲ ਕਰਨਾ ਕੀ ਹੈ, ਟਫ ਹੈ. ਕਿਹਦੇ ਕੰਪੈਰੇਟਿਵਲੀ, ਨਿਊ ਬਿਜ਼ਨਸ ਦੇ ਕੰਪੈਰੇਟਿਵਲੀ. ਤੁਸੀਂ ਨਿਊ ਬਿਜ਼ਨਸ ਸਟਾਰਟ ਕਰੋਗੇ ਤਾਂ ਉੱਥੇ ਤੁਹਾਡੇ ਕੀ ਹੋਣਗੇ, ਈਜ਼ੀਲੀ ਕੀ ਹੋ ਜਾਏਗਾ, ਕੋਸਟ ਅਕਾਊਂਟਿੰਗ ਸਿਸਟਮ ਇੰਸਟਾਲ ਹੋ ਜਾਏਗਾ. ਬਟ ਜਦੋਂ ਤੁਸੀਂ ਰਨਿੰਗ ਬਿਜ਼ਨਸ ਦੇ ਵਿੱਚ ਇਹਨੂੰ ਇਹ ਸਿਸਟਮ ਨੂੰ ਇੰਸਟਾਲ ਕਰੋਗੇ ਤਾਂ ਉੱਥੇ ਤੁਹਾਨੂੰ ਕੁਝ ਕੰਪਲੀਕੇਸ਼ਨਸ ਆਉਣਗੀਆਂ. ਠੀਕ ਹੈ. Accounting aspects. The factors to be considered in respect of accounting are number of financial records, existing forms registered used in business and number of copies required in business activities. Accounting aspects means ਤੁਹਾਨੂੰ accounts prepare ਕਰਨ ਵਾਸਤੇ ਕੀ ਕੀ ਚੀਜ਼ਾਂ ਦੀ ਜ਼ਰੂਰਤ ਹੈ. ਕੀ ਕੀ ਚੀਜ਼ਾਂ ਕਹੀਆਂ ਉਹਨਾਂ ਨੇ, ਨੰਬਰ ਆਫ ਫਾਈਨੈਂਸ਼ੀਅਲ ਰਿਕਾਰਡਸ, ਤੁਹਾਡੇ ਕੋਲ ਸਾਰੇ ਫਾਈਨੈਂਸ਼ੀਅਲ ਰਿਕਾਰਡਸ ਹੋਣੇ ਚਾਹੀਦੇ ਆ ਕਿ ਤੁਹਾਡੇ ਕਿੱਥੇ ਤੁਸੀਂ ਆਪਣੇ ਐਕਸਪੈਂਸ ਕੀਤੇ, ਕਿਹੜੀ ਚੀਜ਼ 'ਤੇ ਕਿੰਨਾ ਖਰਚਾ ਕੀਤਾ. ਠੀਕ ਹੈ. ਐਗਜ਼ਿਸਟਿੰਗ ਫਾਰਮਸ, ਫਾਰਮਸ ਮੀਨਸ ਜਿੱਦਾਂ ਤੁਸੀਂ ਆਪਣੇ ਆ ਜੋਬਸ ਵਗੈਰਾ ਲਈ ਫਾਰਮਸ ਫਿਲ ਕਰਦੇ ਹੋ, ਉੱਦਾਂ ਹੀ ਉੱਥੇ ਵੀ ਇੱਕ ਫਾਰਮ ਅਕਾਊਂਟਸ ਦੇ ਵਿੱਚ ਵੀ ਇੱਦਾਂ ਦੇ ਫਾਰਮਸ ਹੁੰਦੇ ਆ ਜਿਹੜੇ ਉੱਥੇ ਭਰੇ ਜਾਂਦੇ ਆ ਕਿਸੇ ਵੀ ਪੋਲਿਸੀ ਨੂੰ ਇੰਪਲੀਮੈਂਟ ਕਰਨ ਲਈ. ਠੀਕ ਹੈ. ਰਜਿਸਟਰਸ ਯੂਜ਼ਡ ਇਨ ਬਿਜ਼ਨਸ, ਜੋ ਤੁਹਾਡੀਆਂ ਅਕਾਊਂਟ ਬੁੱਕਸ ਹੁੰਦੀਆਂ ਨੇ, ਠੀਕ ਹੈ, ਉਹ ਹੋਣੀਆਂ ਚਾਹੀਦੀਆਂ ਨੇ. ਨੰਬਰ ਆਫ ਕਾਪੀਜ਼ ਰਿਕੁਆਇਰਡ ਇਨ ਬਿਜ਼ਨਸ ਔਰ ਐਕਟੀਵਿਟੀਜ਼, ਉਹਨਾਂ ਦੀਆਂ ਕੀ ਹੋਣੀਆਂ ਚਾਹੀਦੀਆਂ ਨੇ, ਹਰ ਇੱਕ ਦੀ
ਕਾਪੀ ਕੰਪਲਸਰੀ ਹੈ, ਇਹ ਨਾ ਹੋਵੇ ਕਿ ਤੁਸੀਂ ਤੁਹਾਡੇ ਕੋਲ ਸਾਰਾ ਓਰੀਜਨਲ ਮਟੀਰੀਅਲ ਪਿਆ ਹੋਵੇ, ਉਹਦੀਆਂ ਕਾਪੀਜ਼ ਨਾ ਹੋਣ, ਠੀਕ ਹੈ। ਕਈ ਵਾਰ ਇਹ ਹੁੰਦਾ ਨਾ ਕਿ ਆਪਣਾ ਓਰੀਜਨਲ ਜਿਹੜਾ ਡਾਟਾ ਹੁੰਦਾ ਉਹ ਇੱਧਰ ਮਿਸਪਲੇਸ ਹੋ ਜਾਂਦਾ ਹੈ, ਨਹੀਂ ਲੱਭਦਾ, ਤਾਂ ਅਗਰ ਤੁਹਾਡੇ ਕੋਲ ਕਾਪੀਜ਼ ਹੋਣਗੇ ਤਾਂ ਤੁਸੀਂ ਸੇਫ ਰਹੋਗੇ ਨਾ ਕਿ ਹਾਂ ਅਗਰ ਕਿਸੇ ਨੂੰ ਦਿਖਾਉਣਾ ਪਵੇ ਤੁਸੀਂ ਦਿਖਾ ਸਕਦੇ ਹੋ, ਠੀਕ ਹੈ। ਏਰੀਆ ਆਫ ਕੰਟਰੋਲ, ਦ ਏਰੀਆਜ਼ ਵੇਅਰ ਕੋਸਟ ਕੰਟਰੋਲ ਇਜ਼ ਟੂ ਬੀ ਐਕਸਰਸਾਈਜ਼ ਇਜ਼ ਟੂ ਬੀ ਆਈਡੈਂਟੀਫਾਈਡ ਸੋ ਦੈਟ ਈਚ ਮੈਨੇਜਰ ਮੇ ਟੇਕ ਐਕਸ਼ਨ ਰੈਲੀਵੈਂਟ ਟੂ ਹਿਜ਼ ਬਿਜ਼ਨਸ ਐਕਟੀਵਿਟੀਜ਼। If material and labor control occupy significant area of control, it must be given topmost priority of exercising control over materials and labor. Area of controls means cost accounting system de vich ki hunda hai, ede vich ek policies hundiyan ne, theek hai, apa padhiyan ki definitions de vich hi padhiya si ki ede vich ki hundiyan ne methods aur policies use hundiyan ne control karan vaste, ta oh ki keh reha, ਅਲੱਗ ਅਲੱਗ ਏਰੀਆਜ਼ 'ਤੇ ਅਲੱਗ ਅਲੱਗ ਡਿਪਾਰਟਮੈਂਟਸ 'ਤੇ ਕੀ ਹੁੰਦੀਆਂ ਨੇ, ਅਲੱਗ ਅਲੱਗ ਪੋਲਿਸੀਜ਼ ਯੂਜ਼ ਹੁੰਦੀਆਂ ਨੇ। ਮਟੀਰੀਅਲ ਨੂੰ ਕੰਟਰੋਲ ਕਰਨ ਵਾਸਤੇ ਅਲੱਗ ਪੋਲਿਸੀ ਹੋਏਗੀ, ਕੋਸਟ ਨੂੰ ਕੰਟਰੋਲ ਕਰਨ ਵਾਸਤੇ ਅਲੱਗ ਪੋਲਿਸੀ ਹੋਏਗੀ, ਮਤਲਬ ਹਰ ਇੱਕ ਚੀਜ਼ ਨੂੰ ਕੰਟਰੋਲ ਕਰਨ ਲਈ ਉੱਥੇ ਕੀ ਹੁੰਦੀ ਹੈ, ਅਲੱਗ ਅਲੱਗ ਪੋਲਿਸੀਜ਼ ਯੂਜ਼ ਹੁੰਦੀ ਹੈ, ਅਲੱਗ ਅਲੱਗ ਮੈਥਡਸ ਯੂਜ਼ ਹੁੰਦੇ ਆ। ਨੈਕਸਟ ਹੈਗਾ ਪ੍ਰੋਡਕਟ ਪ੍ਰਾਈਸ, ਦਾ ਪ੍ਰਾਈਸ ਔਰ ਰੇਂਜ ਆਫ ਪ੍ਰੋਡਕਟਸ ਮੈਨੂਫੈਕਚਰਡ ਐਂਡ ਸੋਲਡ ਆਲਸੋ ਡਿਟਰਮਿੰਡ ਦਾ ਮੈਥਡ ਆਫ ਕੋਸਟਿੰਗ ਟੂ ਬੀ ਸਿਲੈਕਟਿਡ। ਕੀ ਕਹਿ ਰਿਹਾ, ਤੁਹਾਡਾ ਪ੍ਰੋਡਕਟ ਬਣ ਗਿਆ, ਠੀਕ ਹੈ, ਉਹਦੀ ਮਤਲਬ ਸਾਰੇ ਮਤਲਬ ਫਿਨਿਸ਼ ਪ੍ਰੋਡਕਟ ਬਣ ਗਿਆ ਤੁਹਾਡੇ ਕੋਲ, ਹੁਣ ਉਹਦੀ ਕੀ ਕਰੋਗੇ ਤੁਸੀਂ, ਸੈਲਿੰਗ ਪ੍ਰਾਈਸ ਰੱਖੋਗੇ, ਫਿਕਸ ਪ੍ਰਾਈਸ ਰੱਖੋਗੇ, MRP ਰੱਖੋਗੇ। ਉਹ ਕੀ ਕਹਿ ਰਿਹਾ, ਉਹਦੇ ਵਿੱਚ ਕੀ ਹੈ, ਪ੍ਰੋਡਕਟ ਪ੍ਰਾਈਸ ਦੇ ਵਿੱਚ ਕੀ ਹੈ, ਜੋ ਤੁਸੀਂ ਤੁਹਾਡੀ ਇੱਕ ਕੋਸਟ ਆਈ ਹੈ ਉਸ ਪ੍ਰੋਡਕਟ ਨੂੰ ਮੈਨੂਫੈਕਚਰ ਕਰਨ 'ਤੇ, ਉਸ ਤੋਂ ਬਾਅਦ ਜੋ ਤੁਸੀਂ ਉਹਦੀ ਪ੍ਰਾਈਸ ਰੱਖ ਰਹੇ ਹੋ ਉਹ ਕੀ ਹੈ, ਪ੍ਰੋਡਕਟ ਪ੍ਰਾਈਸ, ਸੈਲਿੰਗ ਪ੍ਰਾਈਸ ਰੱਖ ਰਹੇ ਹੋ ਕੀ ਹੈ, ਪ੍ਰੋਡਕਟ ਪ੍ਰਾਈਸ, ਕਿਹਨੂੰ ਡਿਟਰਮਿਨ ਕਰਕੇ ਤੁਸੀਂ ਉਹਦੀ ਪ੍ਰਾਈਸ ਰੱਖੋਗੇ, ਜੋ ਤੁਹਾਡੀ ਓਵਰਆਲ ਕੋਸਟ ਉਸ ਪ੍ਰੋਡਕਟ 'ਤੇ, ਪਰਟੀਕੁਲਰ ਪ੍ਰੋਡਕਟ 'ਤੇ ਆਈ ਹੈ, ਠੀਕ ਹੈ। ਰਿਪੋਰਟਿੰਗ, ਦਾ ਕੋਸਟ ਅਕਾਊਂਟਿੰਗ ਸਿਸਟਮ ਟੂ ਇਜ਼ ਟੂ ਬੀ ਇੰਸਟਾਲਡ ਮਸਟ ਇਨਸ਼ੋਰ ਫ੍ਰੀਕੁਐਂਸੀ ਐਂਡ ਪ੍ਰੋਮਪਟੀਟਿਊਡ ਇਨ ਰਿਪੋਰਟਿੰਗ ਕੋਸਟਿੰਗ ਡਾਟਾ ਟੂ ਦੀ ਮੈਨੇਜਮੈਂਟ। ਹੁਣ ਰਿਪੋਰਟਿੰਗ ਦੇ ਵਿੱਚ ਕੀ ਹੈ, ਕੋਸਟ ਅਕਾਊਂਟਿੰਗ ਜਿਹੜੀਆਂ ਸਟੇਟਮੈਂਟਸ ਨੇ ਕਿਉਂ ਪ੍ਰਿਪੇਅਰ ਕੀਤੇ ਜਾਂਦੇ, ਤਾਂ ਕਿ ਉਹਨਾਂ ਕਿਹਨਾਂ ਨੂੰ ਦਿਖਾ ਸਕਣ, ਮੈਨੇਜਮੈਂਟ ਨੂੰ ਦਿਖਾ ਸਕਣ। ਮੈਨੇਜਮੈਂਟ ਨੂੰ ਦਿਖਾਉਣਗੇ ਤਾਂ ਉਹ ਕੀ ਕਰਨਗੇ, ਡਿਸੀਜਨਸ ਲੈਣਗੇ, ਕੀ ਡਿਸੀਜਨਸ ਲੈਣਗੇ, ਬੋਲੋ, ਕੱਲ ਵਾਲੇ ਪ੍ਰਾਈਸ ਡਿਸਾਈਡ ਕਰਨਾ, ਹੋਰ ਇੱਕ ਪ੍ਰੋਡਕਟ ਦੇ ਐਕਸਪੈਂਸ ਕਿੰਨਾ ਆਇਆ, ਹੋਰ ਮਤਲਬ ਉਹ ਜਿਹੜੀ ਮੈਨੇਜਮੈਂਟ ਹੈ ਤੁਹਾਡਾ ਓਵਰਆਲ ਦੇਖਦੀ ਹੈ ਕਿ ਸਾਡਾ ਕਿਤੇ ਖਰਚਾ ਜ਼ਿਆਦਾ ਤਾਂ ਨਹੀਂ ਹੋ ਰਿਹਾ, ਠੀਕ ਹੈ, ਸਾਡੀ ਵੇਸਟੇਜ ਤਾਂ ਨਹੀਂ ਹੋ ਰਹੀ, ਲੇਬਰ ਇਫੈਕਟਿਵਲੀ ਕੰਮ ਕਰ ਰਹੀ ਹੈ ਜਾਂ ਨਹੀਂ ਕਰ ਰਹੀ, ਠੀਕ ਹੈ। ਉਹਦੇ ਵਿੱਚ ਕੀ ਹੈ, ਮੈਨੇਜਮੈਂਟ ਨੂੰ ਕੀ ਕਰਦੀ ਹੈ, ਡਿਸੀਜਨ ਲੈਣ ਦੇ ਵਿੱਚ ਹੈਲਪ ਕਰਦੀ ਹੈ, ਠੀਕ ਹੈ। ਯੂਜ਼ ਆਫ ਇਲੈਕਟ੍ਰੋਨਿਕ ਡਾਟਾ ਪ੍ਰੋਸੈਸਿੰਗ, ਸੋਰੀ ਇੱਕ ਪੁਆਇੰਟ ਹੈਗਾ, ਸੈਲਿੰਗ ਐਂਡ ਡਿਸਟ੍ਰੀਬਿਊਸ਼ਨ, ਦ ਚੀਫ ਫੈਕਟਰਸ ਟੂ ਬੀ ਕੰਸੀਡਰਡ ਵਿਦ ਰਿਗਾਰਡ ਟੂ ਡਿਸਟ੍ਰੀਬਿਊਸ਼ਨ ਪ੍ਰੋਸੈਸ ਆਰ ਦੀ ਵੇਅਰਹਾਊਸਿੰਗ ਫੈਸਿਲਿਟੀਜ਼, ਇੰਟਰਨਲ ਐਂਡ ਐਕਸਟਰਨਲ ਟ੍ਰਾਂਸਪੋਰਟ, ਮਾਰਕੀਟ ਸਰਵੇ ਐਂਡ ਅਦਰ ਰੈਲੀਵੈਂਟ ਮੈਜਰਸ, ਟਰਮਸ ਐਂਡ ਕੰਡੀਸ਼ਨਸ ਟੂ ਸੇਲ ਐਂਡ ਪ੍ਰੋਕਿਊਰਮੈਂਟ ਆਫ ਆਰਡਰਸ ਫਰੋਮ ਕਸਟਮਰ। ਸੈਲਿੰਗ ਐਂਡ ਡਿਸਟ੍ਰੀਬਿਊਸ਼ਨ ਮੀਨਸ ਤੁਹਾਡਾ ਪ੍ਰੋਡਕਟ ਪ੍ਰਿਪੇਅਰ ਹੋ ਗਿਆ, ਬਣ ਗਿਆ, ਕੰਪਲੀਟ ਫਿਨਿਸ਼ਡ ਬਣ ਗਿਆ, ਠੀਕ ਹੈ। ਉਸ ਤੋਂ ਬਾਅਦ ਕੀ ਕਰਦੀ ਹੈ ਕੰਪਨੀ, ਉਹਨੂੰ ਸੇਲ ਕਰਨ ਵਾਸਤੇ ਕੀ ਕਰਦੀ ਹੈ, ਐਡਵਰਟੀਜ਼ਮੈਂਟਸ ਕਰਦੀ ਹੈ। ਐਡਵਰਟੀਜ਼ਮੈਂਟਸ ਹੁਣ ਬਹੁਤ ਤਰ੍ਹਾਂ ਦੀਆਂ ਆਉਂਦੀਆਂ ਨੇ, ਠੀਕ ਹੈ, ਤਾਂ ਮਤਲਬ ਉਹ ਕੀ ਕਹਿ ਰਿਹਾ, ਇੱਕ ਜਦ ਤੁਹਾਡਾ ਪ੍ਰੋਡਕਟ ਬਣਨਾ ਨੂੰ ਸੇਲ ਵੀ ਤਾਂ ਕਰਨਾ ਹੈ, ਸੇਲ ਕਰਨ ਲਈ ਤੁਸੀਂ ਕੀ ਕਰਦੇ ਹੋ, ਅਲੱਗ ਅਲੱਗ ਮੀਡੀਆਜ਼ ਯੂਜ਼ ਕਰਦੇ ਹੋ, ਐਡਵਰਟੀਜ਼ਮੈਂਟਸ ਕਰਦੇ ਹੋ, ਪੇਪਰ ਦੇ ਵਿੱਚ ਦੇ ਦਿੰਦੇ ਹੋ, ਠੀਕ ਹੈ। ਨੈਕਸਟ ਹੈ ਯੂਜ਼ ਆਫ ਇਲੈਕਟ੍ਰੋਨਿਕ ਡਾਟਾ ਪ੍ਰੋਸੈਸਿੰਗ, ਇਨ ਮਾਡਰਨ ਟਾਈਮ ਇਟ ਹੈਜ਼ ਬਿਕਮ ਅ ਕਾਮਨ ਪ੍ਰੈਕਟਿਸ ਟੂ ਯੂਜ਼ ਇਲੈਕਟ੍ਰੋਨਿਕ ਡਾਟਾ ਪ੍ਰੋਸੈਸਿੰਗ ਇਕਿਊਪਮੈਂਟਸ ਐਂਡ ਕੰਪਿਊਟਰਸ, ਇਨ ਦਿਸ ਸਿਚੁਏਸ਼ਨ ਇਟ ਇਜ਼ ਅਸੈਂਸ਼ੀਅਲ ਟੂ ਇਨਸ਼ੋਰ ਦੈਟ ਦ ਇਕਿਊਪਮੈਂਟਸ ਮੀਟਸ ਦੀ ਨੀਡਸ ਆਫ ਦੀ ਸਿਸਟਮ ਬਟ ਨਾਟ ਅਦਰ ਵੇ ਰਾਊਂਡ। ਮਤਲਬ ਕੀ ਕਹਿ ਰਿਹਾ ਉਹ, ਜੋ ਤੁਸੀਂ ਆਪਣੇ ਕੋਸਟ ਅਕਾਊਂਟਿੰਗ ਸਿਸਟਮ ਨਾਲ ਜੋ ਵੀ ਰਿਲੇਟਡ ਡਾਟਾ ਆ ਕਿਹਦੇ ਵਿੱਚ ਇੰਸਟਾਲ ਹੋਣਾ ਚਾਹੀਦਾ ਤੁਹਾਡੇ ਕੋਲ, ਇਲੈਕਟ੍ਰੋਨਿਕ ਡਿਵਾਈਸਿਸ ਹੋਣੀਆਂ ਚਾਹੀਦੀਆਂ, ਇਲੈਕਟ੍ਰੋਨਿਕ ਇਕਿਊਪਮੈਂਟਸ ਹੋਣੇ ਚਾਹੀਦੇ ਆ, ਠੀਕ ਹੈ, ਕਿਹਦੇ ਨਾਲ ਰਿਲੇਟਡ ਹੋਣ, ਬਟ ਕੋਸਟ ਅਕਾਊਂਟਿੰਗ ਨਾਲ ਰਿਲੇਟਡ ਹੋਣ, ਕਿ ਇਹਦਾ ਡਾਟਾ ਸਿਰਫ ਇਸ ਸਿਸਟਮ 'ਤੇ ਹੀ ਹੋਣਾ ਚਾਹੀਦਾ ਆ, ਠੀਕ ਹੈ। ਟੈਕਨੀਕਲ ਕੰਸੀਡਰੇਸ਼ਨਸ ਦੈਟ ਇਨਫਲੂਐਂਸ ਦੀ ਇੰਸਟਾਲੇਸ਼ਨ ਆਫ ਕੋਸਟ accounts are size of factory, flow of production, existence of departments and laboratories, capacity of machines and equipments, cost control techniques, internal reports, etc. ਹੁਣ ਟੈਕਨੀਕਲ ਕੰਸੀਡਰੇਸ਼ਨਸ ਮੀਨਸ ਕੁਛ ਟੈਕਨੀਕਲ ਕੀ ਹੁੰਦੇ ਆ, ਡਿਪਾਰਟਮੈਂਟਸ ਹੁੰਦੇ ਆ, ਟੈਕਨੀਕਲ ਡਿਪਾਰਟਮੈਂਟ ਜਿਹੜਾ ਤੁਹਾਡਾ ਵਾਲਾ ਹੁੰਦਾ ਆ, ਹਾਂ IT ਡਿਪਾਰਟਮੈਂਟ ਜਿਹੜਾ ਹੁੰਦਾ ਆ, ਠੀਕ ਹੈ, IT ਡਿਪਾਰਟਮੈਂਟ ਵੀ ਕਹਿ ਸਕਦੇ ਹੋ ਤੁਸੀਂ, ਜਿਹੜਾ ਮਤਲਬ ਓਵਰਆਲ ਤੁਹਾਡਾ ਦੇ ਇੰਜੀਨੀਅਰਿੰਗ ਜਿਹਨਾਂ ਦੀ ਹੁੰਦੀ ਹੈ, ਠੀਕ ਹੈ, ਹਾਂ
ਕੰਪਿਊਟਰ ਵਾਲਾ ਡਿਪਾਰਟਮੈਂਟ ਲੱਗ ਗਿਆ ਪਤਾ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਆਈ ਟੀ ਇਨਫੋਰਮੇਸ਼ਨ ਐਂਡ ਟੈਕਨੋਲੋਜੀ ਉਹ ਬੁੱਢਾ ਬੋਲ ਲਈ ਇਹ ਡਿਪਾਰਟਮੈਂਟ ਹੁੰਦਾ ਐਚ ਆਰ ਦਾ ਅਲੱਗ ਡਿਪਾਰਟਮੈਂਟ ਹੁੰਦਾ ਇਹਦਾ ਸਬਜੈਕਟ ਆਊਗਾ ਤੁਹਾਨੂੰ ਕਿ ਪੜ੍ਹ ਲਿਆ ਆਉਣਾ ਹਾਲੇ ਨਹੀਂ ਪੜ੍ਹਿਆ ਆਉਣਾ ਹਾਲੇ uniformity the practice of adopting uniforming cost facilities inter firm comparison among various firms belonging to same industry or factory further it also has the benefit of adopting common costing practice if a holding company has number of subsidiaries uniformity means same industry dusri industry nal ki kardi apna comparison kardi hai matlab ek company for example bicycle ਕੀ ਕਰ ਰਹੀ ਹੈ ਮੈਨੂਫੈਕਚਰ ਕਰ ਰਹੀ ਹੈ ਦੂਸਰੀ ਕੰਪਨੀ ਵੀ ਕੀ ਕਰ ਰਹੀ ਹੈ ਬਾਈਸਾਈਕਲ ਮੈਨੂਫੈਕਚਰ ਕਰ ਰਹੀ ਹੈ ਉਹ ਦੋਨੋਂ ਆਪਣੀ ਕੋਸਟ ਨੂੰ ਕੀ ਕਰਦੇ ਆ ਕੰਪੇਅਰ ਕਰਦੇ ਆ ਕਿ ਸਾਡੀ ਕੋਸਟ ਇਸ ਪ੍ਰੋਡਕਟ ਨੂੰ ਬਣਾਉਣ ਲਈ ਜ਼ਿਆਦਾ ਆਈ ਹੈ ਜਾਂ ਦੂਸਰੀ ਦੀ ਕੋਸਟ ਬਣਾਉਣ ਲਈ ਜ਼ਿਆਦਾ ਆਈ ਹੈ ਠੀਕ ਹੈ ਉੱਥੇ ਕੀ ਹੁੰਦਾ ਕੰਪੈਰੀਜ਼ਨ ਹੁੰਦਾ ਕੰਪੈਰੀਜ਼ਨ ਕਰਨ ਨਾਲ ਕੀ ਹੁੰਦਾ ਜਿਹਦੀ ਕੋਸਟ ਘੱਟ ਆਈ ਹੋਏਗੀ ਉਹਦਾ ਪ੍ਰੋਫਿਟ ਮਾਰਜਿਨ ਵੀ ਜ਼ਿਆਦਾ ਹੋਏਗਾ ਦੂਸਰੀ ਨਾਲੋਂ ਠੀਕ ਹੈ ਤਾਂ ਉੱਥੇ ਕੀ ਹੁੰਦੀ ਹੈ ਯੂਨੀਫਾਰਮਿਟੀ ਕੀ ਕਰਦੀ ਹੈ ਬੋਲੋ ਹੱਸਣ ਲੱਗ ਗਿਆ steps involved in installation of accounting system are given below hon steps ki ne innu install karan de understanding the process flow in any type of organization whether it is manufacturing or service understanding of product or service process flow will be important to install the costing system the process involves study the entire flow of the product and process from input stage to output stage of the product or service matlab cost accounting system the first step ki hai nu install karan da ki oh ki karde hai pehla overall business nu analyze karde hai theek hai utthe ki karde hai hun product or services dekhde hai starting to end tak matlab raw material to leke ਫਿਨਿਸ਼ਡ ਗੁੜ ਤੱਕ ਠੀਕ ਹੈ ਉਹਨੂੰ ਸਾਰੇ ਨੂੰ ਕੀ ਕਰਦੇ ਆ ਐਨਾਲਾਈਜ਼ ਕਰਦੇ ਆ ਕਿ ਅਸੀਂ ਇੱਥੇ ਕਿੱਦਾਂ ਕਿੱਦਾਂ ਕੰਮ ਕਰਨਾ ਹੈ ਠੀਕ ਹੈ ਇਨਫਲੋ ਦੇਖਦੇ ਆ ਆਊਟਫਲੋ ਦੇਖਦੇ ਆ ਉਹਦਾ ਇੱਕ ਪ੍ਰੋਡਕਟ ਦਾ ਅੰਡਰਸਟੈਂਡਿੰਗ ਆਫ ਕੋਸਟਿੰਗ ਮੈਥਡ ਹੁਣ ਜੋ ਤੁਸੀਂ ਉੱਥੇ ਪਾਲਿਸੀਜ਼ ਯੂਜ਼ ਕਰ ਰਹੇ ਹੋ ਇੱਕ ਪ੍ਰੋਡਕਟ ਨੂੰ ਪ੍ਰੀਪੇਅਰ ਕਰਨ ਵਾਸਤੇ ਉਹ ਕੀ ਹੈ ਤੁਹਾਡੇ ਮੈਥਡਸ ਕੀ ਹੋਣੇ ਚਾਹੀਦੇ ਅੰਡਰਸਟੈਂਡੇਬਲ ਹੋਣੇ ਚਾਹੀਦੇ ਆ ਤੁਹਾਨੂੰ ਸਮਝ ਆਉਣਾ ਚਾਹੀਦਾ ਹੈ ਤੁਸੀਂ ਕਿਹੜੀ ਪਾਲਿਸੀ ਨੂੰ ਕਿੱਥੇ ਯੂਜ਼ ਕਰਨਾ ਆ identifying the cost of an each activity based on the study of process flow as mentioned in the point number 1 we need to examine and identify the cost of an each activity this method is called activity based cost accounting system ke kehdi activity itthe use hundi hai sorry kehdi technique use hundi hai method activity based cost accounting ਸਿਸਟਮ ਮਤਲਬ ਇਹ ਵਾਲੀ ਟੈਕਨੀਕ ਯੂਜ਼ ਹੁੰਦੀ ਹੈ ਕਿ ਕੀ ਕਰਨ ਵਾਸਤੇ ਆਪਣੇ ਪ੍ਰੋਡਕਟ ਦੀ ਕੋਸਟ ਨੂੰ ਡਿਟਰਮਿਨ ਕਰਨ ਵਾਸਤੇ ਕਿ ਸਾਡੀ ਇੱਕ ਪ੍ਰੋਡਕਟ ਦੇ ਕੋਸਟ ਕਿੰਨੀ ਆਈ ਹੈ ਠੀਕ ਹੈ ਅੰਡਰਸਟੈਂਡਿੰਗ ਆਫ ਦੀ ਪ੍ਰਾਈਮ ਕੋਸਟ ਸਟਰਕਚਰ ਇਨ ਐਨੀ ਕੋਸਟਿੰਗ ਸਿਸਟਮ ਵੀ ਕੈਨ ਹੈਵ ਦੀ ਪ੍ਰਾਈਮ ਕੋਸਟ ਵਿਚ ਡਾਇਰੈਕਟਲੀ ਰਿਲੇਟਡ ਟੂ ਦੀ ਐਕਟੀਵਿਟੀਜ਼ ਆਫ ਦੀ ਓਪਰੇਸ਼ਨਸ ਪ੍ਰਾਈਮ ਕੋਸਟ ਵਿਚ ਇੰਕਲੂਡਸ ਦੀ ਮਟੀਰੀਅਲ ਲੇਬਰ ਐਂਡ ਅਦਰ ਡਾਇਰੈਕਟ ਐਕਸਪੈਂਸਿਸ ਵਿਚ ਰਿਲੇਟਡ ਟੂ ਮੈਨੂਫੈਕਚਰਿੰਗ ਔਰ operations this is very basic understanding to install any costing system matlab costing system nu install karan waste sanu ki pata hona chahida ya material kinna ya labor kinni hai matlab kinna sade kol stock pe aaya raw material kinna pe aap sade kol kinni labor kam kar rahi hai theek hai aur ki bol gaya ho baki sare jehde tade direct expenses ne ਇਹਦੇ ਵਿੱਚ ਸਾਰੇ ਓਵਰਆਲ ਕੀ ਹੁੰਦੇ ਸਾਰੇ ਇਹ ਵਾਲੀਆਂ ਚੀਜ਼ਾਂ ਇੰਕਲੂਡ ਹੁੰਦੀਆਂ ਨੇ ਪ੍ਰਾਈਮ ਕੋਸਟ ਮਤਲਬ ਤੁਹਾਡਾ ਇੱਕ ਪ੍ਰੋਡਕਟ ਨੂੰ ਓਵਰਆਲ ਕੋਸਟ ਕਿੰਨੀ ਪਈ ਤੁਹਾਡੇ ਇੱਕ ਪ੍ਰੋਡਕਟ 'ਤੇ ਇਹ ਸਾਰਾ ਕੌਣ ਦੱਸੇਗਾ ਐਕਟੀਵਿਟੀ ਬੇਸਡ ਕੋਸਟਿੰਗ ਸਿਸਟਮ ਠੀਕ ਹੈ ਇਹ ਵਾਲੀ ਟੈਕਨੀਕ ਇੱਥੇ ਯੂਜ਼ ਕਰਨਗੇ ਅੰਡਰਸਟੈਂਡਿੰਗ ਦੀ ਨੇਚਰ ਆਫ ਕੋਸਟ ਐਂਡ ਓਵਰਹੈਡ ਕੋਸਟ ਬਿਹੇਵੀਅਰ After identifying the cost of activities and prime cost structure, we need to examine and understand the nature of cost like fixed cost, variable cost, semi-fixed or semi-variable. ਹੁਣ ਇੱਥੇ ਕੀ ਕਹਿ ਰਿਹਾ ਓਵਰਆਲ ਕੋਸਟ ਉਹਨਾਂ ਨੇ ਦੇਖ ਲਈ ਠੀਕ ਹੈ ਹੁਣ ਉਹ ਕੀ ਕਹਿ ਰਿਹਾ ਮਤਲਬ ਡਾਟਾ ਕੰਪੇਅਰ ਕਰਨਗੇ ਠੀਕ ਹੈ ਮੰਥਲੀ ਜਾਂ ਵੀਕਲੀ ਉਹਨਾਂ ਨੇ
ਆਪਾਂ ਨੇ ਪੜਿਆ ਕਿ ਮੰਥਲੀ ਰਿਪੋਰਟਸ ਪ੍ਰੀਪੇਅਰ ਹੁੰਦੀਆਂ ਨੇ, ਵੀਕਲੀ ਰਿਪੋਰਟਸ ਪ੍ਰੀਪੇਅਰ ਹੁੰਦੀਆਂ ਜਾਂ ਡੇਲੀ ਬੇਸਿਸ 'ਤੇ ਰਿਪੋਰਟਸ ਹੁੰਦੀਆਂ. ਹੁਣ ਉਹ ਫੋਰਮ ਅਲੱਗ ਅਲੱਗ ਫੋਰਮ ਦਾ ਅਲੱਗ ਅਲੱਗ ਪ੍ਰੋਸੀਜਰ ਹੁੰਦਾ ਹੈ, ਠੀਕ ਹੈ. ਉਹ ਆਪਣਾ ਡਾਟਾ ਕੰਪੇਅਰ ਕਰਨਗੇ, ਠੀਕ ਹੈ. ਉਸ ਅਕੋਰਡਿੰਗ ਦੇਖਣਗੇ ਕਿ ਸਾਡੀ ਕੋਸਟ ਫਿਕਸ ਹੀ ਰਹੇਗੀ ਜਾਂ ਵੇਰੀਏਬਲ ਮਤਲਬ ਚੇਂਜ ਹੁੰਦੀ ਰਹੇਗੀ ਜਾਂ ਸੇਮ ਸੈਮੀ ਵੇਰੀਏਬਲ ਮੀਨਸ ਕੁਛ ਚੇਂਜ ਹੋਏਗੀ ਕੁਛ ਫਿਕਸ ਵੀ ਰਹੇਗੀ, ਠੀਕ ਹੈ. ਕੁਛ ਮਟੀਰੀਅਲ ਫਿਕਸ ਰਹਿਣਗੇ, ਕੁਛ ਦੀ ਕੋਸਟਿੰਗ ਚੇਂਜ ਹੋਊਗੀ, ਠੀਕ ਹੈ. ਸੈਟਿੰਗ ਆਫ ਪ੍ਰੋਪਰ ਐਲੋਕੇਸ਼ਨ ਐਂਡ ਅਪੋਰਸ਼ਨ ਮੈਥਡਸ. ਆਲ ਦੀ ਕੋਸਟ ਮੇ ਨਾਟ ਬੀ ਪੋਸੀਬਲ ਟੂ ਆਈਡੈਂਟੀਫਾਈ ਦੀ ਸਪੈਸੀਫਿਕ ਐਕਟੀਵਿਟੀਜ਼. ਸਮ ਆਫ ਦੀ ਕੋਸਟ ਵੀ ਅਨੇਬਲ ਟੂ ਆਈਡੈਂਟੀਫਾਈ ਟੂ ਦੀ ਸਪੈਸੀਫਿਕ ਸੈਕਟਰਸ ਲਾਈਕ ਸ਼ੇਅਰਡ ਸਰਵਿਸ ਡਿਪਾਰਟਮੈਂਟ ਕੋਸਟ. ਵੀ ਅਨੇਬਲ ਟੂ ਆਈਡੈਂਟੀਫਾਈ ਦੀ ਸਪੈਸੀਫਿਕ ਐਕਟੀਵਿਟੀਜ਼. ਸੋ ਵਾਈਲ ਸੈਟਿੰਗ ਕੋਸਟਿੰਗ ਸਿਸਟਮ ਵੀ ਨੀਡ ਟੂ ਡਿਸਾਈਡ ਦੀ ਕਰੈਕਟ ਕੋਸਟ ਐਲੋਕੇਸ਼ਨ ਐਂਡ ਅਪੋਰਸ਼ਨ ਮੈਥਡ ਇਨ ਦੀ ਆਰਗੇਨਾਈਜੇਸ਼ਨ. ਉਹ ਕੀ ਕਹਿ ਰਹੇ ਹਾਂ, ਹੁਣ ਕੁਛ ਐਕਟੀਵਿਟੀਜ਼ ਇੱਦਾਂ ਦੀਆਂ ਹੁੰਦੀਆਂ ਜਿਨ੍ਹਾਂ ਦੀ ਆਪਾਂ ਕੋਸਟ ਨਹੀਂ ਕੀ ਕੋਸਟ ਕੀ ਨਹੀਂ ਕਰ ਸਕਦੇ, ਮੈਜਰ ਨਹੀਂ ਕਰ ਸਕਦੇ ਕਿ ਸਾਡੇ ਇਸ ਮਤਲਬ ਇਸ ਜਗ੍ਹਾ 'ਤੇ ਕਿੰਨੀ ਕੋਸਟ ਇਨਕਰਡ ਹੋਈ ਹੈ, ਠੀਕ ਹੈ. ਤਾਂ ਉਹ ਕੀ ਕਹਿ ਰਹੇ, ਉੱਥੇ ਸਾਨੂੰ ਕੀ ਹੋਣੇ ਚਾਹੀਦੇ ਆ ਕੋਸਟ ਐਲੋਕੇਸ਼ਨ, ਮਤਲਬ ਇੱਦਾਂ ਦੇ ਪੋਰਸ਼ਨਸ ਹੋਣੇ ਚਾਹੀਦੇ ਆ, ਇੱਦਾਂ ਦੇ ਕੋਸਟ ਐਲੋਕੇਸ਼ਨ ਐਂਡ ਅਪੋਰਸ਼ਨਮੈਂਟ ਮੈਥਡਸ ਇਨ ਦੀ ਆਰਗੇਨਾਈਜੇਸ਼ਨ. ਮਤਲਬ ਕੀ ਕਹਿ ਰਹੇ ਆ, ਹਰ ਇੱਕ ਡਿਪਾਰਟਮੈਂਟ ਦੇ ਵਿੱਚ ਇੱਦਾਂ ਦਾ ਕੁਛ ਮਤਲਬ ਟੈਕਨੀਕਸ ਜਾਂ ਮੈਥਡਸ ਜਾਂ ਤੁਹਾਡੇ ਵਰਕਰਸ ਸਕਿੱਲਸ ਵਰਕਰਸ ਜਿਹੜੇ ਹੁੰਦੇ ਆ ਉਹ ਹੋਣੇ ਚਾਹੀਦੇ ਆ, ਜੋ ਸਾਨੂੰ ਦੱਸ ਸਕਣ ਕਿ ਇਸ ਚੀਜ਼ 'ਤੇ ਇੰਨੀ ਕੋਸਟ ਆਈ ਹੈ ਜਾਂ ਇੰਨੀ ਹੋ ਸਕਦੀ ਹੈ. ਉੱਥੇ ਐਕੂਰੇਸੀ ਨਹੀਂ ਹੋਏਗੀ. ਕ੍ਰੀਏਟਿੰਗ ਕੋਸਟ ਅਵੇਅਰਨੈਸ. ਕੋਸਟਿੰਗ ਇਜ ਨੋਟ ਓਨਲੀ ਦੀ ਫੰਕਸ਼ਨ ਆਫ ਕੋਸਟ ਡਿਪਾਰਟਮੈਂਟ, ਕੋਸਟਿੰਗ ਇਜ ਦੀ ਕਲੈਕਟਿਵ ਫੰਕਸ਼ਨ ਆਫ ਆਲ ਦੀ ਡਿਪਾਰਟਮੈਂਟਸ. ਆਲਸੋ ਕੋਸਟ ਸਿਸਟਮ ਨੋਟ ਓਨਲੀ ਫਾਰ ਆਈਡੈਂਟੀਫਾਈ ਦੀ ਕੋਸਟ ਆਫ ਦੀ ਪ੍ਰੋਡਕਟ ਔਰ ਪ੍ਰੋਸੈਸ, ਇਟ ਆਲਸੋ ਕਵਰ ਦੀ ਕੋਸਟ ਕੰਟਰੋਲ ਐਂਡ ਕੋਸਟ ਆਪਟੀਮਾਈਜੇਸ਼ਨ. ਸੋ ਓਨਲੀ ਕੋਸਟਿੰਗ ਟੀਮ ਵਿਲ ਨੋਟ ਡੂ ਦਿਸ ਜੋਬ, ਆਲ ਦੀ ਡਿਪਾਰਟਮੈਂਟ ਸ਼ੁੱਡ ਇਨਵੋਲਵ ਦਿਸ ਪ੍ਰੋਸੈਸ. ਐਗਜ਼ਾਮਪਲ, ਦਾ ਕੋਸਟ ਆਫ ਡਿਜ਼ਾਇਨਿੰਗ ਦੀ ਪ੍ਰੋਡਕਟ ਸ਼ੁੱਡ ਅਵੇਅਰ ਦੀ ਡਿਜ਼ਾਇਨਿੰਗ ਟੀਮ, ਦੈਨ ਓਨਲੀ ਦੀ ਕੋਸਟ ਕੰਟਰੋਲ ਔਰ ਆਪਟੀਮਾਈਜੇਸ਼ਨ ਕੈਨ ਬੀ ਡਨ. ਸੋ ਇੰਸਟਾਲੇਸ਼ਨ ਆਫ ਕੋਸਟਿੰਗ ਸਿਸਟਮ ਸ਼ੁੱਡ ਕ੍ਰੀਏਟ ਦੀ ਕੋਸਟ ਅਵੇਅਰਨੈਸ ਟੂ ਆਲ ਇਨ ਦੀ ਆਰਗੇਨਾਈਜੇਸ਼ਨ. ਮੀਨਸ ਕੋਸਟਿੰਗ ਸਿਸਟਮ ਨੂੰ ਇੰਸਟਾਲ ਕਰਨ ਦਾ ਇਹ ਮਤਲਬ ਨਹੀਂ ਹੈਗਾ ਕਿ ਸਿਰਫ ਕੌਣ ਹੀ ਦੇਖੇਗਾ ਇਹਨੂੰ, ਕੌਣ ਦੇਖੇਗਾ ਬੋਲੋ, ਓਨਰਸ ਤਾਂ ਦੇਖਦੇ ਹੀ ਨਹੀਂ, ਓਨਰਸ ਦੀ ਕਿਤੇ ਗੱਲ ਹੋਈ ਹੈ. ਹਾਂ, ਇਹ ਨਹੀਂ ਹੈਗਾ ਕਿ ਸਾਰਾ ਓਵਰਆਲ ਜੋ ਦੇਖ ਰਹੇ ਆ ਤਾਂ ਕੋਸਟ ਅਕਾਊਂਟਿੰਗ ਸਿਸਟਮ ਮਤਲਬ ਕੌਣ ਦੇਖ ਰਿਹਾ ਵਾ, ਕੋਸਟਿੰਗ ਡਿਪਾਰਟਮੈਂਟ ਦੇਖ ਰਿਹਾ. ਬਟ ਇਹਦਾ ਕੀ ਮੇਨ ਪਰਪਸ ਕੀ ਹੈ, ਜੋ ਉੱਥੇ ਕੰਮ ਹੋ ਰਿਹਾ ਉਹ ਸਾਰਾ ਓਵਰਆਲ ਕਿਹਨਾਂ ਨੂੰ ਪਤਾ ਹੋਣਾ ਚਾਹੀਦਾ ਹੈ, ਉਹਨਾਂ ਦੀ ਪੂਰੀ ਮੈਨੇਜਮੈਂਟ ਨੂੰ ਪਤਾ ਹੋਣਾ ਚਾਹੀਦਾ ਕਿ ਉੱਥੇ ਕੀ ਕੰਮ ਹੋ ਰਿਹਾ, ਕੀ ਕਰਨਾ ਪੈਣਾ ਆ ਜਾਂ ਕੀ ਕਰਨਾ ਚਾਹੀਦਾ ਆ, ਠੀਕ ਹੈ. ਹੁਣ ਡਿਫੀਕਲਟੀਜ਼ ਕੀ ਨੇ ਜਦ ਇੱਕ ਕੋਸਟ ਅਕਾਊਂਟਿੰਗ ਸਿਸਟਮ ਨੂੰ ਇੰਸਟਾਲ ਕੀਤਾ ਜਾਂਦਾ, ਕੀ ਡਿਫੀਕਲਟੀਜ਼ ਆਉਂਦੀਆਂ ਨੇ. ਰੈਜ਼ਿਸਟੈਂਸ ਬਾਏ ਐਗਜ਼ਿਸਟਿੰਗ ਅਕਾਊਂਟਿੰਗ ਸਟਾਫ. ਪਹਿਲਾਂ ਕੀ ਕਹਿ ਰਹੇ, ਦੇ ਫੀਲ ਦੈਟ ਨਿਊ ਸਿਸਟਮ ਆਫ ਅਕਾਊਂਟਿੰਗ ਮਾਈਟ ਲੀਡ ਟੂ ਐਕਸੈਸ ਵਰਕ. ਜਿਹੜਾ ਉੱਥੇ ਸਟਾਫ ਕੰਮ ਕਰ ਰਿਹਾ ਹੁੰਦਾ, ਮਤਲਬ ਅਗਰ ਐਗਜ਼ਿਸਟਿੰਗ ਕੰਪਨੀ ਦੇ ਵਿੱਚ ਇੰਸਟਾਲ ਕਰ ਰਹੀ ਹੈ ਜਿਹੜਾ ਉੱਥੇ ਸਟਾਫ ਕੰਮ ਕਰ ਰਿਹਾ, ਉਹ ਕੀ ਕਹਿ ਰਿਹਾ ਕਿ ਇਹਦੇ ਵਿੱਚ ਕੀ ਹੋਣਾ, ਬਹੁਤ ਜ਼ਿਆਦਾ ਕੰਮ ਹੋਣਾ ਹੈ. ਉਹ ਕੀ ਹੁੰਦੇ ਆ, ਡਰਦੇ ਆ ਉੱਥੇ ਕੰਮ ਕਰਨ ਤੋਂ ਕਿ ਇਹਦੇ ਵਿੱਚ ਕੀ ਪਤਾ ਕਿੱਦਾਂ ਦਾ ਕੰਮ ਹੋਣਾ ਹੈ, ਠੀਕ ਹੈ. ਸੈਕਿੰਡਲੀ ਉਹ ਕੀ ਕਹਿ ਰਿਹਾ, ਦੇ ਆਰ ਅਫਰੇਡ ਫਾਰ ਦੇਅਰ ਜੋਬ ਸਿਕਿਉਰਿਟੀਜ਼. ਇੱਥੇ ਉਹਨਾਂ ਨੂੰ ਜੋਬ ਸਿਕਿਉਰਿਟੀ ਦੀ ਕੀ ਰਹਿੰਦੀ ਹੈ, ਡਰ ਰਹਿੰਦਾ ਆ ਕਿ ਇੱਥੇ ਜੋ ਅਸੀਂ ਕੋਸਟ ਦਾ ਕੰਮ ਕਰ ਰਹੇ ਹਾਂ ਉਹਦੇ 'ਤੇ ਕੋਈ ਸਿਕਿਉਰਿਟੀ ਹੈਗੀ ਵੀ ਹੈ ਜਾਂ ਨਹੀਂ ਹੈਗੀ. ਬਟ ਦਿਸ ਡਿਫੀਕਲਟੀ ਮੇ ਬੀ ਓਵਰਕਮ ਬਾਏ ਐਨਕਰੇਜਿੰਗ ਦੈਮ ਅਬਾਊਟ ਦੀ ਯੂਜ਼ਫੁਲਨੈਸ ਆਫ ਕੋਸਟ ਅਕਾਊਂਟਿੰਗ ਐਜ਼ ਅ ਸਪਲੀਮੈਂਟ ਟੂ ਫਾਈਨੈਂਸ਼ੀਅਲ ਅਕਾਊਂਟਸ ਐਂਡ ਦੀ ਜਨਰੇਸ਼ਨ ਆਫ ਮੋਰ ਇੰਪਲਾਇਮੈਂਟ ਅਪਰਚੁਨਿਟੀਜ਼ ਫਰੋਮ ਦੀ ਇੰਸਟਾਲੇਸ਼ਨ ਆਫ ਕੋਸਟ ਅਕਾਊਂਟਿੰਗ ਸਿਸਟਮ. ਬਟ ਉਹ ਕੀ ਕਹਿ ਰਿਹਾ, ਇਸ ਡਿਫੀਕਲਟੀ ਨੂੰ ਉਹਨਾਂ ਨੇ ਓਵਰਕਮ ਕਿੱਦਾਂ ਕੀਤਾ, ਉਹਨਾਂ ਨੂੰ ਮੋਟੀਵੇਟ ਕਰਕੇ ਕਿ ਜੋ ਇਹਦੇ ਨਾਲ ਕੀ ਹੁੰਦੇ, ਤੁਹਾਡੀ ਇੰਪਲਾਇਮੈਂਟ ਵਧਦੀ ਹੈ, ਇੰਪਲਾਇਮੈਂਟ ਵਧਦੀ ਹੈ ਤਾਂ ਕੀ ਹੁੰਦਾ ਆ, ਫਾਈਨੈਂਸ਼ੀਅਲ ਅਕਾਊਂਟ ਸਪਲੀਮੈਂਟ, ਜਿਹੜੇ ਕੋਸਟ ਅਕਾਊਂਟਿੰਗ ਆ ਕਿਹਦਾ ਸਪਲੀਮੈਂਟ ਯੂਜ਼ ਕੀਤਾ ਜਾਂਦਾ, ਕਿਹਦਾ ਸਬਸਟੀਟਿਊਟ ਯੂਜ਼ ਕੀਤਾ ਜਾਂਦਾ ਆ, ਫਾਈਨੈਂਸ਼ੀਅਲ ਅਕਾਊਂਟਸ ਦਾ, ਠੀਕ ਹੈ. ਸੈਕਿੰਡ ਪੁਆਇੰਟ ਕੀ ਹੈ, ਨੋਨ ਕੋਪਰੇਸ਼ਨ ਫਰੋਮ ਮਿਡਲ ਐਂਡ ਬੋਟਮ ਲੈਵਲ ਮੈਨੇਜਮੈਂਟ. ਇਹਦੇ ਵਿੱਚ ਕੀ ਹੈ, ਤੁਹਾਡਾ ਕੰਪੈਰੀਜ਼ਨ ਨਹੀਂ ਹੁੰਦਾ, ਕਿਹਦੇ ਨਾਲ ਨਹੀਂ ਹੁੰਦਾ, ਮਿਡਲ ਲੈਵਲ ਮੈਨੇਜਮੈਂਟ ਔਰ ਬੋਟਮ ਲੈਵਲ ਮੈਨੇਜਮੈਂਟ ਨਾਲ, ਠੀਕ ਹੈ. ਇੱਕ ਦੂਸਰੇ ਨਾਲ ਉਹਨਾਂ ਦਾ ਕੋਪਰੇਸ਼ਨ ਨਹੀਂ ਹੁੰਦਾ.
lack of support from management. ਇੱਥੇ ਇਹਦੇ ਵਿੱਚ ਇੱਕ ਕੀ ਹੁੰਦੀ ਕੀ ਪ੍ਰੋਬਲਮ ਡਿਫਿਕਲਟੀ ਕੀ ਆਉਂਦੀ ਹੈ ਮੈਨੇਜਮੈਂਟ ਦਾ ਸਪੋਰਟ ਨਹੀਂ ਮਿਲਦਾ ਕਿਹਨਾਂ ਨੂੰ ਨਹੀਂ ਮਿਲਦਾ ਸਪੋਰਟ ਕਿਨ ਕੋ ਨਹੀਂ ਮਿਲਦਾ heavy expenses in installing and maintaining the system. अब क्या बोला था कि जो small scale की firm है इसको afford नहीं कर सकती क्यों नहीं कर सकती क्योंकि ये क्या है एक expensive system है इसको install करने के लिए क्या है बहुत ज्यादा costing bear करनी पड़ती है ठीक है lack of trained staff ਇਹਦੇ ਵਿੱਚ ਕੀ ਹੁੰਦਾ ਆ ਟ੍ਰੇਨਡ ਸਟਾਫ ਨਹੀਂ ਹੁੰਦਾ ਕੋਸਟ ਸਿਸਟਮ ਨੂੰ ਕੀ ਕਰਨ ਵਾਸਤੇ ਰਨ ਕਰਨ ਵਾਸਤੇ ਆਪਰੇਟ ਕਰਨ ਵਾਸਤੇ ਤਾਂ ਉੱਥੇ ਕੀ ਹੈ ਲੈਕ ਆਫ ਟ੍ਰੇਨਡ ਸਟਾਫ ਮਤਲਬ ਉੱਥੇ ਕੀ ਹੋਣਾ ਚਾਹੀਦਾ ਟ੍ਰੇਨਡ ਸਟਾਫ ਦੀ ਰਿਕੁਆਇਰਮੈਂਟ ਹੋਣੀ ਚਾਹੀਦੀ ਹੈ ਸਕਿਲਡ ਪਰਸਨ ਹੋਣੇ ਚਾਹੀਦੇ ਹੈ ਮੈਜਰਸ ਟੂ ਓਵਰਕਮ ਡਿਫੀਕਲਟੀਜ਼ ਹੁਣ ਇਹਨਾਂ ਨੂੰ ਓਵਰਕਮ ਜਿਹੜੇ ਇਹਦੇ ਲਿਮੀਟੇਸ਼ਨਸ ਨੇ ਜਾਂ ਡਿਫੀਕਲਟੀਜ਼ ਨੇ ਇਹਨਾਂ ਨੂੰ ਓਵਰਕਮ ਕਿੱਦਾਂ ਕਰ ਸਕਦੇ ਆ simplicity cost accounting system involves detailed analysis of cost to avoid complications in the procedure of cost ascertainment and elaborate system of costing should be avoided and every care must be taken to keep it simple as possible matlab cost accounting mein system apa matlab simply use karke unde ki karke techniques or methods to understand karke ohnu ki kar sakde simply use kar sakde taki oh dusre nu bhi ki aave samajh aave second ki hai comparability the records must be maintained must facilitate comparison over a period of time the past records must serve as basis to guide the future last point se vich ki padhya si ki oh ki karde hai compare karde apna data taki ki kar sakan apni cost nu control vich kar sakan ki sade last month ya weekly report ਦੇ ਵਿੱਚ ਕੋਸਟਿੰਗ ਕੀ ਸੀ ਤੇ ਹੁਣ ਅਸੀਂ ਕੀ ਆਪਣੀ ਕੋਸਟ ਕਰਨੀ ਰੱਖਣੀ ਹੈ ਠੀਕ ਹੈ ਰੀਕਨਸੀਲੇਸ਼ਨ ਵਿਦ ਫਾਈਨੈਂਸ਼ੀਅਲ ਅਕਾਊਂਟਸ ਇਹ ਕਿਹਦੇ ਪੁਆਇੰਟਸ ਰਿਪੀਟ ਹੋ ਰਹੇ ਆ ਇਸ ਤੋਂ ਪਹਿਲਾਂ ਜਿਹੜੇ ਪੁਆਇੰਟਸ ਪੜੇ ਸੀ ਰੀਕਨਸੀਲੇਸ਼ਨ ਵਿਦ ਫਾਈਨੈਂਸ਼ੀਅਲ ਅਕਾਊਂਟਸ ਦ ਸਿਸਟਮ ਆਫ ਕੋਸਟ ਅਕਾਊਂਟਸ ਮਸਟ ਬੀ ਕੈਪੇਬਲ ਆਫ ਰੀਕਨਸਾਈਲਿੰਗ ਵਿਦ ਫਾਈਨੈਂਸ਼ੀਅਲ ਅਕਾਊਂਟਸ ਸੋ ਐਸ ਟੂ ਚੈੱਕ ਐਕੂਰੇਸੀ ਵਿਦ ਬੋਥ ਦੀ ਸਿਸਟਮ ਆਫ ਅਕਾਊਂਟਸ ਕੀ ਹੋਣੀ ਚਾਹੀਦੀ ਹੈ ਰੀਕਨਸੀਲੇਸ਼ਨ ਆਫ ਫਾਈਨੈਂਸ਼ੀਅਲ ਅਕਾਊਂਟਸ ਮੀਨਸ ਦੋਨਾਂ ਵਿੱਚ ਕੀ ਹੋਣੀ ਚਾਹੀਦੀ ਹੈ ਦੋਨੋਂ ਰਿਪੋਰਟਸ ਦੇ ਵਿੱਚ ਕੀ ਹੋਣੀ ਚਾਹੀਦੀ ਹੈ ਐਕੂਰੇਸੀ ਹੋਣੀ ਚਾਹੀਦੀ ਹੈ ਫਾਈਨੈਂਸ਼ੀਅਲ ਅਕਾਊਂਟਸ ਦੇ ਵਿੱਚ ਵੀ ਔਰ ਕੋਸਟ ਅਕਾਊਂਟਿੰਗ ਰਿਪੋਰਟ ਦੇ ਵਿੱਚ ਵੀ ਐਕੂਰੇਸੀ ਦਾ ਸਿਸਟਮ ਆਫ ਕੋਸਟ ਅਕਾਊਂਟਿੰਗ ਮਸਟ ਪ੍ਰੋਵਾਈਡਡ ਫਾਰ ਐਕੂਰੇਸੀ ਇਨ ਬੋਥ ਕੋਸਟ ਐਸਰਟੇਨਮੈਂਟ ਐਂਡ ਪ੍ਰੈਜੈਂਟੇਸ਼ਨ ਅਦਰਵਾਈਜ਼ ਇਟ ਵਿਲ ਪ੍ਰੂਵ ਟੂ ਬੀ ਮਿਸਲੀਡਿੰਗ ਉਹਦੇ ਵਿੱਚ ਇੱਕ ਦੂਸਰੀ ਚੀਜ਼ ਕੀ ਹੋਣੀ ਚਾਹੀਦੀ ਹੈ ਐਕੂਰੇਸੀ ਹੋਣੀ ਚਾਹੀਦੀ ਹੈ ਜੋ ਤੁਸੀਂ ਉੱਥੇ ਡਾਟਾ ਸ਼ੋ ਕਰ ਰਹੇ ਹੋ ਮਤਲਬ ਜੋ ਤੁਹਾਡਾ ਐਕਚੁਅਲ ਦੇ ਵਿੱਚ ਕੀ ਆਈ ਹੈ ਕੋਸਟ ਇਨਕਰ ਹੋਈ ਹੈ ਉਹੀ ਤੁਸੀਂ ਕੀ ਕਰ ਰਹੇ ਹੋ ਪ੍ਰੈਜੈਂਟ ਕਰ ਰਹੇ ਹੋ ਅਗਰ ਬਾਈ ਚਾਂਸ ਤੁਸੀਂ ਜੋ ਡਾਟਾ ਪ੍ਰੈਜੈਂਟ ਕਰ ਰਹੇ ਹੋ ਤੁਹਾਡਾ ਉਹਦੇ ਨਾਲ ਮੈਚ ਨਹੀਂ ਹੋ ਰਿਹਾ ਤਾਂ ਉੱਥੇ ਕੀ ਹੁੰਦਾ ਮੈਨੇਜਮੈਂਟ ਨੂੰ ਤੁਸੀਂ ਕੀ ਕਰਦੇ ਹੋ ਮਿਸਲੀਡ ਕਰਦੇ ਹੋ ਕਿ ਉਹਨਾਂ ਨੂੰ ਕੀ ਦੇ ਰਹੇ ਹੋ ਗਲਤ ਇਨਫੋਰਮੇਸ਼ਨ ਦੇ ਰਹੇ ਹੋ ਠੀਕ ਹੈ ਰੋਲ ਆਫ ਕੋਸਟ ਅਕਾਊਂਟੈਂਟ ਹੁਣ ਇੱਥੇ ਕੋਸਟ ਅਕਾਊਂਟੈਂਟ ਦਾ ਕਿੱਦਾਂ ਰੋਲ ਕੋਸਟ ਅਕਾਊਂਟੈਂਟ ਕਿੱਦਾਂ ਰੋਲ ਪਲੇ ਕਰਦਾ ਹੈ ਟ੍ਰੈਡੀਸ਼ਨਲ ਵੇ ਦੇ ਵਿੱਚ ਕੀ ਸੀ The traditional functions comprise the routine functions of cost accountant. Such functions are needed to prepare cost schedules to assist management in making decisions and in formulating policies. Traditional de vich ki siga jehda cost accountant si ki karda si statements prepare karda si te oh kinna nu dinda si management nu dinda si ki kade vaste dinda si taki oh decision le sakan te us according ki kar sakan policies bana sakan establish various cost centers in the organization ਕੋਸਟ ਸੈਂਟਰਸ ਮਤਲਬ ਕੋਸਟ ਦੇ ਡਿਪਾਰਟਮੈਂਟ ਕੀ ਕਰਦੇ ਸੀ ਇਸਟੈਬਲਿਸ਼ ਕਰਦੇ ਸੀ ਆਰਗੇਨਾਈਜੇਸ਼ਨ ਦੇ ਵਿੱਚ ਪ੍ਰੀਪੇਅਰ ਰਿਪੋਰਟਸ ਔਨ ਵੇਸਟੇਜ ਜੋ ਤੁਹਾਡਾ ਇੱਕ ਫਿਨਿਸ਼ਡ ਗੁੱਡ ਬਣਾਉਣ ਵਾਸਤੇ ਇੱਕ ਪ੍ਰੋਡਕਟ ਨੂੰ ਬਣਾਉਣ ਵਾਸਤੇ ਜੋ ਤੁਹਾਡੀ ਵੇਸਟੇਜ ਹੋ ਰਹੀ ਹੈ ਠੀਕ ਹੈ ਜਾਂ ਲੇਬਰ ਲਾਸ ਹੋ ਰਿਹਾ ਉਹਦੀਆਂ ਵੀ ਰਿਪੋਰਟਸ ਕੀ ਹੁੰਦੀਆਂ ਸੀ ਉੱਥੇ ਪ੍ਰੀਪੇਅਰ ਕਰਦਾ ਸੀ ਕੌਣ ਕਰਦਾ ਸੀ ਕੋਸਟ ਅਕਾਊਂਟੈਂਟ ਠੀਕ ਹੈ ਐਸਰਟੇਨ ਆਫ ਕੋਸਟ ਆਫ ਐਵਰੀ ਪ੍ਰੋਡਕਟ ਜੋਬ ਔਰ ਪ੍ਰੋਸੈਸ ਬੋਥ ਇਨ ਟਰਮਸ ਆਫ ਟੋਟਲ ਐਂਡ ਪਰ ਯੂਨਿਟ ਆਫ ਪ੍ਰੋਡਕਟ ਇਹਦੇ ਵਿੱਚ ਕੀ ਕਹਿ ਰਿਹਾ ਪ੍ਰੋਡਕਟ ਦੀ ਕੀ ਕੀਤੀ ਜਾਂਦੀ ਹੈ ਓਵਰਆਲ ਕੋਸਟ ਦੇਖੀ ਜਾਂਦੀ ਹੈ ਤੇ ਇੱਕ ਪ੍ਰੋਡਕਟ ਤੇ ਤੁਹਾਡੀ ਕਿੰਨੀ ਕੋਸਟ ਆਈ ਉਹ ਦੇਖੀ ਜਾਂਦੀ ਹੈ ਓਵਰਆਲ ਕੋਸਟ ਤੇ ਇੱਕ ਪ੍ਰੋਡਕਟ ਦੀ ਕੋਸਟ ਕੁਛ ਤਾਂ ਵੇਰੀ ਕਰੇਗੀ ਨਾ ਕਿਉਂ ਕਰੇਗੀ ਕਿਉਂਕਿ ਉੱਥੇ ਕੁਛ ਵੇਸਟੇਜ ਵੀ ਹੋਈ ਹੋਣੀ ਹੈ ਕੁਛ ਲੇਬਰ ਲਾਸ ਵੀ ਹੋਇਆ ਹੋਣਾ
ਠੀਕ ਹੈ ਮਸ਼ੀਨਰੀ ਦੇ ਵਿੱਚ ਕੋਈ ਪ੍ਰੋਬਲਮ ਆਈ ਹੋਣੀ ਹੈ ਇਲੈਕਟ੍ਰੀਕਲ ਡਿਪਾਰਟਮੈਂਟ 'ਚ ਕੁਝ ਪ੍ਰੋਬਲਮ ਆਈ ਹੋਣੀ ਹੈ ਠੀਕ ਹੈ ਤਾਂ ਉੱਥੇ ਕੀ ਹੈ ਇੱਕ ਪਰ ਯੂਨਿਟ ਕੋਸਟ ਇੱਕ ਪ੍ਰੋਡਕਟ ਦੀ ਕੋਸਟ ਅਤੇ ਓਵਰਆਲ ਕੋਸਟ ਨੂੰ ਕੀ ਕੀਤਾ ਜਾਂਦਾ ਡਿਟਰਮਿਨ ਕੀਤਾ ਜਾਂਦਾ ਕੌਣ ਕਰਦਾ ਹੈ ਕੋਸਟ ਅਕਾਊਂਟੈਂਟ ਕਰਦਾ ਹੈ ਡਿਜ਼ਾਈਨ ਸੂਟੇਬਲ ਸੋਰੀ ਪ੍ਰੋਵਾਈਡ ਨੈਸੈਸਰੀ ਡਾਟਾ ਟੂ ਅਨੇਬਲ ਮੈਨੇਜਮੈਂਟ ਇਨ ਫਿਕਸਿੰਗ ਦੀ ਪ੍ਰਾਈਸ ਹੁਣ ਡਾਟਾ ਕਿਹਨੂੰ ਦਿੱਤਾ ਜਾਂਦਾ ਹੈ ਮੈਨੇਜਮੈਂਟ ਨੂੰ ਦਿੱਤਾ ਜਾਂਦਾ ਤਾਂ ਕਿ ਉਹ ਕੀ ਕਰ ਸਕਣ ਉਸ ਪ੍ਰੋਡਕਟ ਦੀ ਪ੍ਰਾਈਸ ਫਿਕਸ ਕਰ ਸਕਣ ਸੈਲਿੰਗ ਪ੍ਰਾਈਸ ਨੂੰ ਫਿਕਸ ਕਰ ਸਕਣ ਕਿ ਇਹ ਪ੍ਰੋਡਕਟ ਦੀ ਸਾਡੀ ਕੋਸਟ ਇੰਨੀ ਆਈ ਸੀ ਅਤੇ ਅਸੀਂ ਇਹਨੂੰ ਵੇਚਣਾ ਕਿੰਨੇ ਦਾ ਆ ਡਿਜ਼ਾਈਨ ਸੂਟੇਬਲ ਸਿਸਟਮ ਫਾਰ ਡਿਫਾਈਨਿੰਗ ਰਿਸਪੋਂਸੀਬਿਲਿਟੀਜ਼ ਐਂਡ ਕੰਟਰੋਲਿੰਗ ਕੋਸਟ ਹੁਣ ਇੱਥੇ ਕੀ ਕਰਦੇ ਆ ਇੱਦਾਂ ਦੀਆਂ ਪਾਲਿਸੀਜ਼ ਇੰਪਲੀਮੈਂਟ ਕਰਦੇ ਆ ਕਿ ਸਾਡੀ ਇੱਥੋਂ ਕੋਸਟ ਕੀ ਹੋਵੇ ਕੰਟਰੋਲ ਹੋਵੇ ਸਾਡਾ ਮਟੀਰੀਅਲ ਕੰਟਰੋਲ ਹੋਵੇ ਮਤਲਬ ਅਲੱਗ ਅਲੱਗ ਡਿਪਾਰਟਮੈਂਟਸ ਦੇ ਵਿੱਚ ਅਲੱਗ ਅਲੱਗ ਪਾਲਿਸੀਜ਼ ਮੈਥਡਸ ਯੂਜ਼ ਕਰਨਗੇ ਕਾਹਦੇ ਵਾਸਤੇ ਕੰਟਰੋਲ ਕਰਨ ਵਾਸਤੇ ਠੀਕ ਹੈ ਪ੍ਰੀਪੇਅਰ ਪੀਰੀਡੀਕਲ ਕੋਸਟ ਸਟੇਟਮੈਂਟਸ ਐਂਡ ਪ੍ਰੋਫਿਟ ਐਂਡ ਲੋਸ ਅਕਾਊਂਟਸ ਹੁਣ ਉਹਦੇ ਵਿੱਚ ਪੜ੍ਹਿਆ ਆਪਾਂ ਲਾਸਟ ਪੁਆਇੰਟਸ ਪੜ੍ਹੇ ਆ ਕੋਸਟ ਅਕਾਊਂਟਿੰਗ ਦੀਆਂ ਰਿਪੋਰਟਸ ਕਿੱਦਾਂ ਮਤਲਬ ਕਿਹੜਾ ਟਾਈਮ ਪੀਰੀਅਡ ਹੁੰਦਾ ਹੈ ਵੀਕਲੀ ਮੰਥਲੀ ਜਾਂ ਡੇਲੀ ਬੇਸਿਸ ਤੇ ਠੀਕ ਹੈ ਉਸ ਅਕੋਰਡਿੰਗ ਕੀ ਕਹਿੰਦੇ ਆ ਉਹ ਆਪਣੀਆਂ ਪੀਰੀਡੀਕਲ ਕੋਸਟ ਸਟੇਟਮੈਂਟਸ ਪ੍ਰੀਪੇਅਰ ਕਰਦੇ ਆ ਪ੍ਰੋਫਿਟ ਔਰ ਲੋਸ ਦੇਖਣ ਵਾਸਤੇ ਅਸਿਸਟ ਮੈਨੇਜਮੈਂਟ ਇਨ ਦੀ ਵੈਲੂਏਸ਼ਨ ਆਫ ਕਲੋਜ਼ਿੰਗ ਸਟਾਕ ਆਫ ਰਾ ਮਟੀਰੀਅਲ ਐਂਡ ਵਰਕ ਇਨ ਪ੍ਰੋਸੈਸ ਸੋ ਦੈਟ ਟੂ ਮਚ ਆਫ ਕੈਪੀਟਲ ਇਜ਼ ਨੋਟ ਲੋਕਡ ਅਪ ਅਨਨੈਸੈਸਰੀ ਹੁਣ ਇੱਥੇ ਕੀ ਕਰਦੀ ਹੈ ਜਿਹੜੀ ਮੈਨੇਜਮੈਂਟ ਹੈ ਉਹ ਆਪਣਾ ਕਲੋਜ਼ਿੰਗ ਸਟਾਕ ਦੇਖਦੀ ਹੈ ਉਹਨਾਂ ਕੋਲ ਰਾ ਮਟੀਰੀਅਲ ਕਿੰਨਾ ਪਿਆ ਵਾ ਉਹ ਕਹਿੰਦੇ ਆ ਕਿ ਇਹ ਮਤਲਬ ਉਹਨਾਂ ਕੋਲ ਸਾਰੇ ਰਿਪੋਰਟ ਹੋਣੀ ਚਾਹੀਦੀ ਹੈ ਆਪਣੇ ਰਾ ਮਟੀਰੀਅਲ ਦੀ ਕਿ ਅਗਰ ਸਾਡੇ ਕੋਲ ਮਟੀਰੀਅਲ ਪਿਆ ਵਾ ਇਹ ਨਾ ਹੋਵੇ ਕਿ ਅਸੀਂ ਕੀ ਕਰੀਏ ਨਵਾਂ ਮਟੀਰੀਅਲ ਲੈ ਆਈਏ ਤਾਂ ਉੱਥੇ ਉਹਨਾਂ ਦੀ ਕੀ ਹੋਏਗੀ ਕੋਸਟ ਜ਼ਿਆਦਾ ਹੋਏਗੀ ਅਨਨੈਸੈਸਰੀ ਖਰਚਾ ਹੋਏਗਾ ਠੀਕ ਹੈ ਮਾਡਰਨ ਵੇ ਦੇ ਵਿੱਚ ਕੀ ਹੁੰਦਾ ਮੋਨੂੰ ਬਸ 5 ਮਿੰਟ ਬਸ ਖਤਮ ਹੈ 4 ਪੁਆਇੰਟ ਰਹਿੰਦੇ ਆ ਮਾਡਰਨ ਵੇ ਦੇ ਵਿੱਚ ਕੀ ਹੁੰਦਾ ਟੂ ਵਰਕ ਇਨ ਕਲੋਜ਼ ਕੋਆਰਡੀਨੇਸ਼ਨ ਵਿਦ ਵੇਰੀਅਸ ਡਿਪਾਰਟਮੈਂਟਲ ਮੈਨੇਜਮੈਂਟ ਸੋ ਐਸ ਟੂ ਇੰਪਲੀਮੈਂਟ ਕੋਸਟ ਰਿਡਕਸ਼ਨ ਪ੍ਰੋਗਰਾਮ ਐਂਡ ਮੈਥਡਸ ਆਫ ਇੰਪਰੂਵਮੈਂਟ ਮਾਡਰਨ ਵੇ ਦੇ ਵਿੱਚ ਕੀ ਹੁੰਦਾ ਇੱਕ ਦੂਸਰੇ ਨਾਲ ਕੋਆਰਡੀਨੇਸ਼ਨ ਕਰਦੇ ਆ ਕੋਆਰਡੀਨੇਸ਼ਨ ਕਿਹਦੇ ਨਾਲ ਹੋਏਗੀ ਮਿਡਲ ਲੈਵਲ ਬੋਟਮ ਲੈਵਲ ਨਾਲ ਠੀਕ ਹੈ ਉੱਪਰ ਆਪਾਂ ਕੀ ਪੜ੍ਹਿਆ ਸੀ ਡਿਫੀਕਲਟੀ ਕੀ ਸੀ ਕਿ ਉਹ ਇੱਕ ਦੂਸਰੇ ਨਾਲ ਕੋਆਪਰੇਸ਼ਨ ਨਹੀਂ ਕਰਦੇ ਕੋਆਰਡੀਨੇਟ ਨਹੀਂ ਕਰਦੇ ਹੁਣ ਇੱਥੇ ਮਾਡਰਨ ਵੇ ਦੇ ਵਿੱਚ ਕੀ ਹੁੰਦਾ ਇੱਕ ਦੂਸਰੇ ਨਾਲ ਕੋਆਪਰੇਟ ਕਰਦੇ ਆ ਕੋਆਰਡੀਨੇਟ ਕਰਦੇ ਆ ਤਾਂ ਕਿ ਕੀ ਕਰ ਸਕਣ ਉਹਨਾਂ ਦੇ ਮੈਥਡਸ ਯੂਜ਼ ਹੋ ਸਕਣ ਇਫੈਕਟਿਵਲੀ ਅਤੇ ਕੋਸਟ ਨੂੰ ਕੀ ਕਰ ਸਕਣ ਕੰਟਰੋਲ ਕਰ ਸਕਣ ਉਹਨਾਂ ਦੇ ਪ੍ਰੋਗਰਾਮ ਕੀ ਕਰਨ ਜੋ ਪਾਲਿਸੀ ਯੂਜ਼ ਕਰ ਰਹੇ ਇਫੈਕਟਿਵਲੀ ਉੱਥੇ ਵਰਕ ਕਰਨ ਟੂ ਅੰਡਰਟੇਕ ਕੋਸਟ ਆਡਿਟ ਪ੍ਰੋਗਰਾਮਸ ਐਜ਼ ਪਰ ਦੀ ਡਾਇਰੈਕਟਿਵਨੈਸ ਇਸ਼ੂਡ ਬਾਈ ਦੀ ਗਵਰਨਮੈਂਟ ਐਂਡ ਪ੍ਰੋਵੀਜ਼ਨਸ ਆਫ ਦੀ ਕੰਪਨੀਜ਼ ਐਕਟ ਆਫ 1956 ਹੁਣ ਉੱਥੇ ਕੀ ਕਰਦੇ ਆ ਕੋਸਟ ਆਡਿਟ ਮਤਲਬ ਕੋਸਟ ਆਡੀਟਰ ਰੱਖਦੇ ਆ ਕੋਸਟ ਆਡੀਟਰ ਨੂੰ ਕਿਹਦੇ ਅਕੋਰਡਿੰਗਲੀ ਰੱਖਦੇ ਆ ਕਿਹੜੇ ਕੰਪਨੀਜ਼ ਐਕਟ ਦੇ ਅੰਡਰ ਰੱਖਦੇ ਆ 1956 ਦੇ ਐਕਟ ਦੇ ਅਕੋਰਡਿੰਗ ਰੱਖਦੇ ਆ ਕਿ ਉਸ ਜੋ ਉਹ ਹਾਇਰ ਕਰ ਰਹੇ ਆ ਕੋਸਟ ਆਡੀਟਰ ਉਹਨੂੰ ਕੀ ਹੋਵੇ ਪ੍ਰੋਪਰ ਨੌਲੇਜ ਹੋਵੇ ਕਿ ਇਹਦਾ ਆਡਿਟ ਕਿੱਦਾਂ ਕਰਨਾ ਆ ਠੀਕ ਹੈ ਸੁਪਰਵਾਈਜ਼ਿੰਗ ਦੀ ਫੰਕਸ਼ਨ ਆਫ ਮੈਕਨਾਈਜ਼ਡ ਅਕਾਊਂਟਿੰਗ ਆਰਗੇਨਾਈਜੇਸ਼ਨ ਆਫ ਇੰਟਰਨਲ ਆਡਿਟ ਇਨ ਦੀ ਫੀਲਡ ਆਫ ਅਕਾਊਂਟਿੰਗ